हेलो एवरीवन, वेलकम टू पीवीएस क्लासेस। मैं सुखप्रीत कौर आज इस लेक्चर विच थोड़े नाल डिस्कस करूंगी कलॉक दे क्वेश्चंस। ये लेक्चर पंजाबी ते इंग्लिश दोनों भाषा दे विच होगा। ये दे विच असी घड़ी दी दोवें सुइयां दे विच बांधे हुए एंगल, मिरर इमेज, वाटर इमेज ते घड़ी सही समा कदों दिखाऊगी, इहो जिहे सारे टॉपिक आपां इहदे विच कवर करांगे। ਤੁਸੀਂ ਸਾਡੀ ਪੀਵੀਐਸ ਕਲਾਸਿਸ ਦੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਫ੍ਰੀ ਮੌਕ ਟੈਸਟ ਅਟੈਂਪਟ ਕਰ ਸਕਦੇ ਹੋ, ਸਾਡੇ ਡੈਮੋ ਲੈਕਚਰਸ ਦੇਖ ਸਕਦੇ ਹੋ, ਪੇਡ ਕੋਰਸ ਬਾਏ ਕਰ ਸਕਦੇ ਹੋ। ਸੋ ਸਾਡੀ ਪੀਵੀਐਸ ਕਲਾਸਿਸ ਦੀ ਐਪ ਨੂੰ ਤੁਸੀਂ ਡਾਊਨਲੋਡ ਜ਼ਰੂਰ ਕਰ ਲੈਣਾ ਹੈ। ਇਸ ਤੋਂ ਇਲਾਵਾ ਸਾਡਾ ਕੰਟੈਕਟ ਨੰਬਰ ਵੀ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ, 9780466512। ਟਾਰਗੇਟ ਆਡੀਅੰਸ ਦੀ ਗੱਲ ਕਰੀਏ ਤਾਂ ਇਹ ਜੋ ਲੈਕਚਰ ਹੈ ਇਹ ਕਾਂਸਟੇਬਲ, ਜੇਲ੍ਹ ਵਾਰਡਰ, ਸਬ ਇੰਸਪੈਕਟਰ, ਇਸ ਤੋਂ ਇਲਾਵਾ ਗਰੁੱਪ ਸੀ ਅਤੇ ਡੀ ਦੀਆਂ ਪੋਸਟਾਂ ਜਿਵੇਂ ਕਿ PSTCL ਕਲਰਕ, PSPCL ਕਲਰਕ, ਪਟਵਾਰੀ, ਜ਼ਿਲ੍ਹੇਦਾਰ, ਇਹਨਾਂ ਸਾਰੀਆਂ ਐਗਜ਼ਾਮਸ ਲਈ ਲੈਕਚਰ ਬਹੁਤ ਯੂਸਫੁਲ ਹੈ। ਸੋ ਇਸ ਲੈਕਚਰ ਨੂੰ ਲਾਸਟ ਤੱਕ ਦੇਖਣਾ ਹੈ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਵੇਂ ਸਕਰੀਨ ਦੇ ਉੱਪਰ ਦਿਖਾਇਆ ਹੋਇਆ ਹੈ ਕਲੋਕ, ਠੀਕ ਹੈ। ਤਾਂ ਕਲੋਕ ਦੇ ਵਿੱਚ ਕੀ ਹੈ ਕਿ 1 ਤੋਂ 12 ਤੱਕ ਗਿਣਤੀ ਦਿਖਾਈ ਹੋਈ ਹੈ, ਮਤਲਬ ਟੋਟਲ 12 ਘੰਟੇ ਹੁੰਦੇ ਨੇ। ਅਤੇ ਦੋ ਸੂਈਆਂ ਦੀ ਆਪਾਂ ਗੱਲ ਕਰਦੇ ਹਾਂ, ਇੱਕ ਵੱਡੀ ਸੂਈ, ਠੀਕ ਹੈ। ਵੱਡੀ ਸੂਈ ਕਾਹਦੇ ਲਈ ਹੁੰਦੀ ਹੈ? ਮਿੰਟਾਂ ਵਾਲੀ ਸੂਈ ਹੁੰਦੀ ਹੈ, ਠੀਕ ਹੈ। ਅਤੇ ਜਿਹੜੀ ਛੋਟੀ ਸੂਈ ਹੈ, ਠੀਕ ਹੈ, ਇਹ ਕੀ ਹੁੰਦੀ ਹੈ? ਮਿਨਟ ਹੈਂਡ, ਠੀਕ ਹੈ, ਮਿੰਟਾਂ ਵਾਲੀ ਸੂਈ। ਯਾਨੀ ਕਿ ਛੋਟੀ ਕੀ ਹੁੰਦੀ? ਘੰਟਿਆਂ ਵਾਲੀ ਸੂਈ, ਘੰਟਿਆਂ ਵਾਲੀ। ਅਤੇ ਵੱਡੀ ਹੁੰਦੀ ਹੈ ਮਿਨਟ ਹੈਂਡ, ਮਿੰਟਾਂ ਵਾਲੀ ਸੂਈ, ਠੀਕ ਹੈ। ਦੋ ਤਰ੍ਹਾਂ ਦੀਆਂ ਸੂਈਆਂ ਹੁੰਦੀਆਂ ਨੇ। ਹੁਣ ਇੱਕ ਚੀਜ਼ ਤੁਸੀਂ ਦੇਖਣੀ ਹੈ ਕਿ ਜਦੋਂ ਇਹ ਸੂਈਆਂ ਘੁੰਮਦੀਆਂ ਨੇ, ਮੰਨ ਲਓ ਕੋਈ ਵੀ ਇਹਨਾਂ 'ਚ ਇੱਕ ਲਗਾ ਲਓ, ਜਦੋਂ ਕੋਈ ਇੱਥੋਂ ਸੂਈ ਸ਼ੁਰੂ ਕਰੂਗੀ, ਮੰਨ ਲਓ 3 ਤੋਂ ਘੁੰਮਣਾ, ਤਾਂ ਦੁਬਾਰਾ ਵਾਪਸ ਕਿੱਥੇ ਆਊਗੀ? ਘੁੰਮ ਕੇ 3 'ਤੇ, ਇੱਕ ਚੱਕਰ ਤਾਂ ਹੀ ਪੂਰਾ ਹੋਊਗਾ। ਜੇ ਸੂਈ ਇੱਥੋਂ 12 ਤੋਂ ਸ਼ੁਰੂ ਕਰੂਗੀ ਤਾਂ ਘੁੰਮ ਕੇ ਕਿੱਥੇ ਆਊਗੀ? ਦੁਬਾਰਾ 12 'ਤੇ। ਜੇ 1 ਤੋਂ ਸ਼ੁਰੂ ਕਰੂਗੀ ਘੁੰਮ ਕੇ ਕਿੱਥੇ ਆਊਗੀ? ਦੁਬਾਰਾ 1 'ਤੇ, ਠੀਕ ਹੈ। ਤਾਂ ਜਦੋਂ ਵੀ ਕੋਈ ਸੂਈ ਇੱਕ ਸਰਕਲ ਪੂਰਾ ਕਰਦੀ ਹੈ, ਠੀਕ ਹੈ, ਇੱਕ ਸਰਕਲ ਜਦੋਂ ਉਹ ਪੂਰਾ ਕਰਦੀ, ਇੱਕ ਚੱਕਰ ਪੂਰਾ ਕਰਦੀ ਹੈ, ਤਾਂ ਉਹ ਕੀ ਕਰਦੀ ਹੈ? 360 ਡਿਗਰੀ ਐਂਗਲ 'ਤੇ ਘੁੰਮਦੀ, ਠੀਕ ਹੈ। ਸਿਮਿਲਰਲੀ ਆਪਾਂ ਗੱਲ ਕਰੀਏ ਘੰਟਿਆਂ ਵਾਲੀ ਸੂਈ ਦੀ, ਤਾਂ 12 ਘੰਟਿਆਂ ਦੇ ਵਿੱਚ, 12 ਘੰਟਿਆਂ ਦੇ ਵਿੱਚ ਸੂਈ ਕੀ ਹੈ? 360 ਡਿਗਰੀ 'ਤੇ ਘੁੰਮਦੀ ਹੈ, ਠੀਕ ਹੈ। ਐਵੇਂ ਕਰਕੇ ਕਿਤੋਂ ਵੀ ਸਟਾਰਟ ਹੋਊਗੀ, ਦੁਬਾਰਾ ਘੁੰਮ ਕੇ ਉੱਥੇ ਵਾਪਸ ਆਊਗੀ, ਤਾਂ 360 ਡਿਗਰੀ ਦਾ ਕੋਣ ਪੂਰਾ ਕਰਦੀ। ਤਾਂ ਇਹ ਚੀਜ਼ ਹੈ। ਜੇ 12 ਘੰਟੇ 'ਚ 360 ਜਾਂਦੀ ਹੈ, ਤਾਂ 1 ਘੰਟੇ 'ਚ ਕਿੰਨਾ ਜਾਊਗੀ? ਤਾਂ ਦੇਖੋ 1 ਘੰਟੇ 'ਚ ਕਿੰਨਾ ਜਾਊਗੀ? 360/12, ਠੀਕ ਹੈ। ਇਹਨੂੰ ਆਪਾਂ ਕੱਟ ਕੇ ਦੇਖਦੇ ਹਾਂ, ਤਾਂ 12 30 36, 0 ਉਵੇਂ, ਤਾਂ 30 ਡਿਗਰੀ। ਤਾਂ ਹਰ 1 ਘੰਟੇ 'ਚ ਕਿੰਨਾ ਐਂਗਲ ਬਣਾਉਂਦੀ ਹੈ ਸੂਈ? 30 ਡਿਗਰੀ ਦਾ ਐਂਗਲ ਬਣਾਉਂਦੀ ਹੈ, ਠੀਕ ਹੈ। ਇਹ ਚੀਜ਼ ਸੀ, ਹਰ 1 ਘੰਟੇ ਦੇ ਵਿੱਚ ਸੂਈ ਕੀ ਹੈ? 30 ਡਿਗਰੀ ਦਾ ਐਂਗਲ ਬਣਾਉਂਦੀ ਹੈ। ਜਿਵੇਂ ਆਪਾਂ ਦੁਬਾਰਾ ਫਿਰ ਡਿਸਕਸ ਕਰ ਲੈਂਦੇ ਹਾਂ ਕਿ ਜਿਵੇਂ ਕਲੋਕ ਦੇ ਉੱਪਰ ਕਿਤੋਂ ਵੀ ਸੂਈ ਸ਼ੁਰੂ ਹੁੰਦੀ ਹੈ, ਕਿਸੇ ਵੀ ਪੁਆਇੰਟ ਤੋਂ, ਮੰਨ ਲਓ ਇੱਥੋਂ ਸ਼ੁਰੂ ਹੁੰਦੀ ਹੈ, ਠੀਕ ਹੈ, ਇੱਥੋਂ ਸ਼ੁਰੂ ਹੁੰਦੀ ਹੈ, ਅਤੇ ਦੁਬਾਰਾ ਘੁੰਮ ਕੇ ਇੱਥੇ ਹੀ ਵਾਪਸ ਆਉਂਦੀ ਹੈ, ਠੀਕ ਹੈ, 12 ਘੰਟਿਆਂ ਦੇ ਬਾਅਦ। ਤਾਂ 12 ਘੰਟਿਆਂ ਦੇ ਵਿੱਚ ਉਹ ਕੀ ਹੈ? 360 ਡਿਗਰੀ ਦਾ ਕੋਣ ਪੂਰਾ ਕਰਦੀ ਹੈ। ਫਿਰ 1 ਘੰਟੇ 'ਚ ਕਿੰਨਾ ਬਣਾਊਗੀ? 360/12, ਯਾਨੀ ਕਿ 30 ਡਿਗਰੀ ਦਾ ਕੋਣ ਘੰਟੇ 'ਚ ਬਣਾਉਂਦੀ। ਇਹ ਪੁਆਇੰਟ ਆਪਾਂ ਸਮਝਣਾ ਹੈ ਅਤੇ ਯਾਦ ਰੱਖਣਾ ਹੈ, ਠੀਕ ਹੈ। ਦੂਸਰਾ ਕਿਸੇ ਦਾ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ 1 ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ? 1 ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ? 60 ਮਿੰਟ ਹੁੰਦੇ ਆ, ਠੀਕ ਹੈ। 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਆ, ਠੀਕ ਹੈ। ਤਾਂ ਯਾਨੀ ਕਿ ਆਪਾਂ ਲਿਖ ਸਕਦੇ ਹਾਂ 60 ਮਿੰਟ ਬਰਾਬਰ 1 ਘੰਟਾ, ਠੀਕ ਹੈ। ਇਸ ਤੋਂ ਅੱਗੇ ਵੀ ਆਪਾਂ ਇੱਕ ਗੱਲ ਹੋਰ ਸੋਚ ਸਕਦੇ ਹਾਂ ਕਿ ਫਿਰ 1 ਮਿੰਟ ਕਾਹਦੇ ਬਰਾਬਰ? 1 ਘੰਟਾ, ਅਤੇ ਜਿਹੜਾ 60 ਇੱਥੇ ਮਲਟੀਪਲਾਈ ਹੋਇਆ ਹੋਇਆ ਸੀ, ਇੱਧਰ ਜਾ ਕੇ 60 ਕੀ ਹੋ ਜੂਗਾ? ਡਿਵਾਈਡ। ਤਾਂ 1 ਮਿੰਟ ਕੀ ਹੁੰਦਾ ਵਾ? ਘੰਟੇ ਦਾ 60ਵਾਂ ਹਿੱਸਾ ਹੁੰਦਾ। ਘੰਟੇ ਨੂੰ ਜੇ ਆਪਾਂ 60 ਨਾਲ ਡਿਵਾਈਡ ਕਰਾਂਗੇ ਤਾਂ 1 ਮਿੰਟ ਆਉਂਦਾ, ਠੀਕ ਹੈ। ਇਹ ਚੀਜ਼ ਵੀ ਆਪਾਂ ਇੱਥੋਂ ਸਮਝ ਸਕਦੇ ਹਾਂ, ਕਦੇ ਲੋੜ ਪੈਣ 'ਤੇ ਕੰਮ ਆ ਜਾਂਦੀ ਹੈ, ਠੀਕ ਹੈ। ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ। ਤਾਂ ਪੁੱਛਿਆ ਹੋਇਆ ਵਾ ਕਿ ਇੱਕ ਘੜੀ ਦੁਪਹਿਰ ਦੇ 12 ਵਜੇ ਸ਼ੁਰੂ ਹੁੰਦੀ ਆ, ਠੀਕ ਹੈ, ਅਤੇ 5:10 'ਤੇ ਉਹਨੇ ਕਿੰਨਾ ਕੋਣ ਬਣਾਇਆ, ਠੀਕ ਹੈ। ਤਾਂ ਜਿਵੇਂ ਆਪਾਂ ਹੁਣੇ ਪਿੱਛੇ ਸਮਝ ਕੇ ਆਏ ਹਾਂ ਕਿ ਮੰਨ ਲਓ ਕੋਈ ਵੀ ਘੜੀ, ਸਪੋਜ਼ ਦੈਟ ਆ ਕੋਈ ਕਲੋਕ ਹੈ, ਇੱਥੇ ਗਿਣਤੀ ਲਿਖੀ ਹੋਈ ਹੈ 12, ਇਵੇਂ ਕਰਕੇ 1 2 3 4 5 6, ਠੀਕ ਹੈ, 7 8 9 10 11 12, ਹੈ ਨਾ, ਇਵੇਂ ਕਰਕੇ ਗਿਣਤੀ ਲਿਖੀ ਹੁੰਦੀ। ਮੰਨ ਲਓ ਕਿ ਘੜੀ 4 ਵਜੇ ਸ਼ੁਰੂ ਹੁੰਦੀ ਹੈ ਇੱਥੋਂ, ਠੀਕ ਹੈ। ਤਾਂ ਦੇਖੋ 4 ਤੋਂ 6 ਤੱਕ ਉਹ ਕਿੰਨਾ ਐਂਗਲ ਬਣਾਊਗੀ? ਆਪਾਂ ਨੂੰ ਪਤਾ ਹਰ ਆਹ ਜਿਹੜਾ ਗੈਪ ਆ ਇਹ ਕਿੰਨੇ ਦਾ ਵਾ? 30 ਦਾ। ਹਰੇਕ ਘੰਟੇ ਦੇ ਵਿੱਚ ਉਹ ਕਿੰਨੇ ਦਾ ਗੈਪ ਕਰਦੀ ਹੈ? 30 ਦਾ। 12 ਤੋਂ 1 ਤੱਕ 30 ਦਾ, 1 ਤੋਂ 2 ਤੱਕ ਵੀ 30 ਡਿਗਰੀ, ਠੀਕ ਹੈ।
अगे 2 तो 3 तक भी 30 डिग्री, 3 तो 4 तक भी की है 30 डिग्री, ठीक है, 4 तो 5 तक भी की है 30 डिग्री, ठीक है। तो हर मौके पे कितना एंगल कवर कर रही है, 30 डिग्री का एंगल कवर कर रही है। आप हमने करके हटे सी कि 12 घंटे 360 का एंगल कवर कर दिया, तो हर 1 घंटे कितने का कवर कर दिया, 30 डिग्री का, ठीक है। मान लो हम घड़ी 4 बजे शुरू हुई सी, तो 6 बजे तक उन्हें कितना एंगल कवर किया होगा, तो देखो 4 तो 5 तक 30 का, तो 5 तो 6 तक भी 30 का, तो 4 तो 6 तक टोटल उन्हें किन्ना कवर किया होगा, 60 डिग्री का, ठीक है। जे कोई कह लवे कि 9 बजे शुरू हुई सी, तो 12 बजे तक उन्हें किन्ना कवर किया होगा, 9 तो 12 तक का, देखो 9 तो 10 तक 30 का, ठीक है, 9 तो 10 तक 30 का, 10 तो 11 तक 30 का, 11 तो 12 तक भी 30 का, तो 30 30 तो 30 किन्ना आ जाऊगा, 30 प्लस 30 प्लस 30, तो किन्ना कवर करूंगी, 90 डिग्री। ये तो आप सीधा सोच लिया। हम अगे इतने क्वेश्चन आ कि वो कहें कि 12 बजे शुरू हुई सी, ठीक है, इतों 12 तो शुरू हुई सी, तो कितने गई, 12 तो शुरू हो गए 5 बज के 10 मिनट, इतने जे 5 आ तो 5 तो माड़ा कर गई है, कितने गई है, 5 बज के 10 मिनट पर गई है, ठीक है। तो इतने एंगल कटो, तो आप देखना 12 तो 5 बज के 10 मिनट तक टोटल किन्ने घंटे होंगे, ठीक है। तो 12 तो 5 तक किन्ने घंटे होंगे, तो देखो 12 तो 1 गई, 1 तो 2 गई, 2 तो 3 3 तो 4 4 तो 5 5 तो गई कितने गई, 5 बज के 10 मिनट है ना, इतने तक गई है, तो आप घंटे गए टोटल किन्ने, इतने भी मैं बना दिनी एक बार, 1 2 3 4 5 ते 5 बज के 10 मिनट है ना, यही चीज़ है। तो देखो किन्ने घंटे हो गए, 12 तो 1 तक 1 घंटा, 2 घंटे 3 घंटे 4 घंटे ते 5 घंटे, तो 5 घंटे सीधे हो गए, ते नाल 10 मिनट उत्ते हो गए, ठीक है, 5 घंटे ते 10 मिनट हो गए, 5 घंटे ना आप 5 घंटे लिखांगे, तो 10 मिनट ने आप कहाँ बदलना, घंटिया च बदलना, ठीक है, 10 मिनट में आप घंटिया च बदल के सोचना, तो देखते हैं किमें। तो देखो 60 मिनट कादे बराबर होंगे है 1 घंटे के, ठीक है, तो फिर 1 मिनट कादे बराबर होंगे वा 1/60 घंटे के, आप पिछे करके हटे से 1 मिनट की होंगे वा घंटे का 60वां हिस्सा होंगे, तो आप की करने 10 मिनट, तो क्या होगा 10/60 घंटे, 0 ना 0 कटी गई, तो 10 मिनट की आऊगा 1/6 घंटे, तो आ गया अपने को 10 मिनट, तो इतने आप यही चीज़ लिख देनी है, ठीक है, कि लिखा 10 मिनट में कि लिखा 1/6 घंटे, हम 5 घंटे तो 1/6 घंटे में जोड़िए, तो क्या होगा 5 जमा 1/6 घंटे, तो ये आप की करते हैं एलसीएम लेंगे, 6 6 5 30 जमा 1 31/6, ठीक है, आ किवें करी दा, ये आप बेसिक दे लैक्चर च किया हो, बेसिक दे लैक्चर ने एक बार देख लेना, ठीक है। तो हम देखो आपां नूं पता वा घड़ी दियां सुइयां किवें एंगल बनाउंदियां वा, आपां फिर देख दें, आपां नूं पता वा कि 12 घंटिआं दे विच 360 एंगल बनाउंदियां, 1 घंटे दे विच 360/12 जाने कि 30 एंगल बनाउंदियां, तां 1 घंटे दे विच किन्ने एंगल बनाउंदियां, 30 डिग्री, ते आपां नूं पुछिआ किन्ने घंटिआं जा 31/6 घंटे, 5 घंटे 10 मिनट का मतलब की होंगे वा 31/6 घंटे, तो 31/6 घंटे आप कटते हैं, तो 30 × 31/6, ठीक है। हम आप माड़ा जहा सॉल्व कर लेने, कट के 6 5 30 तो गुणा की 5 30 15, तो 155 डिग्री का एंगल उन्हें कवर किया, ठीक है। ये तरीका से थोड़ा लेंथी सी बट वेरी ईजी क्वेश्चन है, ये नाल एक होर करवाऊंगी, होर क्लियर हो जाओ थानू, ठीक है, एक बार देख लो इनू फिर तो। नैक्सट क्वेश्चन करते हैं, कहते घड़ी 8 बजे शुरू हुई है, सवेर के 8 बजे शुरू हुई है, 2 बजे तक वो कितना समा दिखाओ, ठीक है। तो अपन पता वा किवें गई होगी, 8 तो 9 बजे हो गए, 9 तो 10 10 तो 11 11 तो 12 12 तो 1 तो 12 1 तो 2, आही टाइम होया होगा, तो आप देखना इन्ने समय से किन्ना एंगल कवर किया, देखो किन्ने घंटे हो गए, 1 घंटा 2 घंटे 3 घंटे 4 5 ते 6, टोटल 6 घंटे के उन्हें किन्ना एंगल कवर किया, किन्ना कोण बनाया, 6 घंटे के सूई ने कि
ਕਿੰਨਾ ਕੋਣ ਬਣਾਇਆ ਤਾਂ ਆਪਾਂ ਨੂੰ ਪਤਾ ਵਾ 12 ਘੰਟਿਆਂ 'ਚ ਕਿੰਨਾ ਕੋਣ ਬਣਾਉਂਦੀ ਹੁੰਦੀ ਆ 360 ਡਿਗਰੀ, 1 ਘੰਟੇ 'ਚ ਕਿੰਨਾ ਬਣਾਉਂਦੀ ਹੁੰਦੀ ਆ 360 ਬਟੇ 12 ਜਾਣੀ ਕਿ 30 ਡਿਗਰੀ, ਅਤੇ ਫਿਰ 6 ਘੰਟਿਆਂ 'ਚ ਕਿੰਨਾ ਬਣਾਊਗੀ ਤਾਂ ਕੀ ਕਰਾਂਗੇ 30 ਡਿਗਰੀ ਗੁਣਾ 6 ਤਾਂ ਕਿੰਨਾ ਆਜੂਗਾ 180 ਡਿਗਰੀ ਆਨਸਰ। ਠੀਕ ਹੈ, ਇਹ ਤਰੀਕਾ ਸੀ ਇਹਨੂੰ ਕਰਨ ਦਾ। 1 ਘੰਟੇ ਦਾ ਕੋਣ ਕਿੰਨਾ ਹੁੰਦਾ ਵਾ 30 ਡਿਗਰੀ। ਠੀਕ ਹੈ, ਇਹ ਮੈਂ ਵਾਰ ਵਾਰ ਸੋਲਵ ਕਰਕੇ ਦਿਖਾਉਣੀ ਤੁਹਾਨੂੰ ਆਹ ਵਾਲਾ ਸਟੈਪ, ਹੁਣ ਤੱਕ ਵੈਸੇ ਯਾਦ ਹੋ ਗਿਆ ਕਿ 1 ਘੰਟੇ 'ਚ ਕਿੰਨਾ ਕੋਣ ਹੁੰਦਾ ਵਾ 30 ਡਿਗਰੀ ਹੁੰਦਾ ਵਾ। ਇਹ ਆਪਾਂ ਕਿੱਥੇ ਕੀਤਾ ਸੀਗਾ, ਆਹ ਦੇਖੋ ਸਲਾਈਡ 'ਚ, ਕਿ ਹਾਂ 1 ਘੰਟੇ ਦੇ ਵਿੱਚ ਕਿੰਨਾ ਕੋਣ ਬਣਾਉਂਦੀ ਆ 30 ਡਿਗਰੀ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ ਹੁਣ ਡਿਫਰੈਂਟ ਕੁਐਸਚਨ ਆ। ਠੀਕ ਹੈ, ਹੁਣ ਕੀ ਹੁੰਦਾ ਵਾ ਕਿ ਦੇਖੋ ਘੜੀ 'ਤੇ ਕਿੰਨੀਆਂ ਸੂਈਆਂ ਹੁੰਦੀਆਂ ਵਾ 2। ਠੀਕ ਹੈ, 1 ਘੰਟਿਆਂ ਵਾਲੀ 1 ਮਿੰਟਾਂ ਵਾਲੀ, ਤਾਂ ਇਹ ਉਹਨਾਂ ਦੋਵਾਂ ਸੂਈਆਂ ਦਾ ਆਪਸੀ ਐਂਗਲ ਪੁੱਛਦੇ ਆ ਕਿ ਆਪਸ ਦੇ ਵਿੱਚ ਕਿੰਨਾ ਐਂਗਲ ਹੋਊਗਾ। ਠੀਕ ਹੈ, ਮਿੰਟਾਂ ਅਤੇ ਘੰਟਿਆਂ ਵਾਲੀ ਸੂਈ ਦੇ ਵਿੱਚ ਕਿੰਨਾ ਐਂਗਲ ਹੋਊਗਾ ਬਿਟਵੀਨ ਦਾ ਬੋਥ ਹੈਂਡਸ। ਠੀਕ ਹੈ, ਸੂਈਆਂ ਨੂੰ ਹੈਂਡਸ ਵੀ ਕਹਿ ਦਿੰਦੇ ਆ, ਇੱਥੇ ਨੀਡਲਸ ਵੀ ਲਿਖਿਆ ਹੁੰਦਾ ਕਈ ਵਾਰੀ, ਉਹ ਚੀਜ਼ ਆ। 8:30 'ਤੇ ਕਿੰਨਾ ਕੋਣ ਬਣਾਇਆ ਹੋਊਗਾ, ਤਾਂ ਦੇਖੋ ਇਹਨੂੰ ਕੀ ਆਪਾਂ ਟ੍ਰਿਕ ਨਾ ਕਰਨਾ, ਟ੍ਰਿਕ ਕੀ ਇਹਦੇ ਸਿੰਪਲ ਜਿਹੇ ਫਾਰਮੂਲਾਜ਼ ਆ ਉਹ ਤੁਸੀਂ ਨੋਟ ਕਰ ਲੈਣੇ। ਠੀਕ ਹੈ, ਤਾਂ ਐਂਗਲ ਬਿਟਵੀਨ ਹੈਂਡਸ, ਠੀਕ ਹੈ, ਸੂਈਆਂ ਵਿਚਲਾ ਕੋਣ। ਠੀਕ ਹੈ, ਐਂਗਲ ਬਿਟਵੀਨ ਹੈਂਡਸ, ਸੂਈਆਂ ਵਿੱਚ ਕਿੰਨਾ ਕੋਣ ਹੋਊਗਾ, ਇਹਦਾ ਫਾਰਮੂਲਾ ਵਾ। ਕੀ ਫਾਰਮੂਲਾ ਵਾ, 30H ਮਾਈਨਸ 11/2 ਐਮ। ਕੀ ਮਤਲਬ ਹੈ, ਐਚ ਦੀ ਜਗ੍ਹਾ 'ਤੇ ਕੀ ਲਿਖਣਾ ਵਾ, ਘੰਟੇ ਆਰਸ, ਅਤੇ ਐਮ ਦੀ ਜਗ੍ਹਾ 'ਤੇ ਕੀ ਲਿਖਣਾ ਵਾ, ਮਿੰਟਸ। ਠੀਕ ਹੈ, ਇਹ ਤਾਂ ਸਿੰਪਲ ਇੱਕ ਫਾਰਮੂਲਾ, ਇਹਨੂੰ ਆਪਾਂ ਯੂਜ਼ ਕਰ ਲੈਣਾ। ਹੁਣ ਦੇਖੋ ਕੁਸ਼ਚਨ ਕੀ ਆ, 8:30 ਰਾਈਟ, ਸੋਰੀ 8:30, ਤਾਂ ਐਚ ਦੀ ਜਗ੍ਹਾ 'ਤੇ ਆਪਾਂ ਕੀ ਲਿਖਾਂਗੇ, 8, ਕਿਉਂਕਿ 8 ਘੰਟੇ ਆ, ਅਤੇ ਮਿੰਟ ਕਿੰਨੇ ਆ 30। ਬਸ ਫਾਰਮੂਲੇ 'ਚ ਭਰ ਦੇਣਾ ਵਾ, ਤਾਂ ਕੀ ਫਾਰਮੂਲਾ ਵਾ, 30 ਉਵੇਂ ਐਚ ਦੀ ਜਗ੍ਹਾ 'ਤੇ ਕੀ ਲਿਖਣਾ ਵਾ, ਐਚ ਦੀ ਜਗ੍ਹਾ 'ਤੇ ਕੀ ਲਿਖਣਾ, 8 ਮਾਈਨਸ 11/2 ਐਮ ਦੀ ਜਗ੍ਹਾ 'ਤੇ ਕੀ ਲਿਖਣਾ, ਮਿੰਟ, ਮਿੰਟ ਕਿੰਨੇ ਆ 30 ਰਾਈਟ। ਹੁਣ 30 ਨੂੰ 8 ਨਾਲ ਗੁਣਾ ਕੀਤਾ, ਇਸ 30 ਨੂੰ 8 ਨਾਲ ਗੁਣਾ ਕੀਤਾ, 8 × 3 = 24, 240, 11 ਅਤੇ 30 ਨੂੰ 2 ਨਾਲ ਡਿਵਾਈਡ ਕੀਤਾ, 30 ਨੂੰ 2 ਨਾਲ ਕੱਟਿਆ ਕਿੰਨਾ ਆ ਗਿਆ, 15, 15 ਨੂੰ 11 ਨਾਲ ਗੁਣਾ ਕੀਤਾ 165। ਠੀਕ ਹੈ, ਈਜ਼ੀ ਕੈਲਕੂਲੇਸ਼ਨ ਹੀ ਹੈ, 11 ਨਾਲ ਮਲਟੀਪਲਾਈ ਕਰਨਾ ਤਾਂ ਬਹੁਤ ਈਜ਼ੀ ਹੁੰਦਾ, 165, 10 × 5 ਗਏ 5। ਠੀਕ ਹੈ, ਅਤੇ 13 × 6 ਗਏ 7, 1 × 1 ਗਿਆ 0, ਤਾਂ 75 ਡਿਗਰੀ ਦਾ ਕੋਣ ਬਣੂਗਾ। ਠੀਕ ਹੈ, 75 ਡਿਗਰੀ ਦਾ ਕੋਣ ਬਣੂਗਾ ਦੋਵਾਂ ਸੂਈਆਂ ਦੇ ਵਿੱਚ, ਜਦੋਂ ਸਮਾਂ ਕਿੰਨਾ ਹੋਊਗਾ, 8:30। ਇਹ ਇੱਕ ਬਸ ਫਾਰਮੂਲਾ ਯਾਦ ਕਰਨਾ ਸੀਗਾ, ਆਹ ਵਾਲਾ ਜਿਹੜਾ ਫਾਰਮੂਲਾ ਇਹਨੂੰ ਯਾਦ ਕਰਨਾ ਅਤੇ ਤੁਹਾਡਾ ਕੁਸ਼ਚਨ ਹੋ ਜਾਣਾ। ਅੱਗੇ ਸੇਮ ਇਹੀ ਕੁਸ਼ਚਨ ਆ ਕਿ ਦੋਵਾਂ ਸੂਈਆਂ ਦੇ ਵਿੱਚ ਐਂਗਲ ਦੱਸੋ ਕਿੰਨੇ ਸਮੇਂ 'ਤੇ, 7:20 'ਤੇ, ਤਾਂ ਸਮਾਂ ਕਿੰਨਾ ਵਾ, 7:20, ਤਾਂ ਘੰਟਿਆਂ ਦੀ ਜਗ੍ਹਾ 'ਤੇ ਆਪਾਂ ਕੀ ਲਿਖਣਾ ਵਾ, 7, ਅਤੇ ਮਿੰਟਾਂ ਦੀ ਜਗ੍ਹਾ 'ਤੇ ਕੀ ਲਿਖਣਾ ਵਾ, 20। ਫਾਰਮੂਲਾ ਕੀ ਆ, ਦੇਖੋ ਫਾਰਮੂਲਾ ਕੀ ਆ, 30H ਮਾਈਨਸ 11/2 ਐਮ, ਇਹ ਫਾਰਮੂਲਾ ਵਾ। 30 ਉਵੇਂ ਐਚ ਦੀ ਜਗ੍ਹਾ 'ਤੇ ਕੀ ਲਿਖਾਂਗੇ, 7, ਦੇਖੋ ਆਪਾਂ ਲਿਖਿਆ ਨਾ, ਐਚ ਦੀ ਜਗ੍ਹਾ 'ਤੇ ਕੀ ਲਿਖਣਾ, 7, ਮਾਈਨਸ 11/2, ਮਿੰਟ ਦੀ ਜਗ੍ਹਾ 'ਤੇ ਕੀ ਲਿਖਣਾ, 20, ਅਤੇ ਮਿੰਟ ਦੀ ਜਗ੍ਹਾ 'ਤੇ ਆਪਾਂ 20 ਲਿਖ ਦਿੰਦੇ ਹਾਂ ਇਵੇਂ ਕਰਕੇ। ਅੱਗੇ ਹੁਣ 2 ਨੂੰ 20 ਨਾਲ ਕੱਟਿਆ ਕਿੰਨਾ ਆ ਗਿਆ, 10, ਹੁਣ ਮਲਟੀਪਲਾਈ ਕਰਦੇ ਹਾਂ, ਇਹਨਾਂ ਨੂੰ ਮਲਟੀਪਲਾਈ ਕੀਤਾ, 7 × 3 = 21, 210, ਮਾਈਨਸ 11 ਨੂੰ 10 ਨਾਲ ਗੁਣਾ ਕੀਤਾ, 110। ਠੀਕ ਹੈ, 210 × 110 ਗਿਆ ਤਾਂ ਕਿੰਨਾ ਆਨਸਰ ਆ ਗਿਆ, 100 ਡਿਗਰੀ ਆਨਸਰ। ਤਾਂ ਬਿਲਕੁਲ ਇੱਕ ਫਾਰਮੂਲਾ ਯਾਦ ਕੀਤਾ ਅਤੇ ਕੁਸ਼ਚਨ ਹੋ ਜਾਣਾ। ਠੀਕ ਹੈ, ਨੈਕਸਟ ਕੁਸ਼ਚਨ ਕਰਦੇ ਹਾਂ, ਰਿਫਲੈਕਸ ਐਂਗਲ ਜਾਣੀ ਕਿ ਪਰਾਵਰਤਨ ਕੋਣ ਪਤਾ ਕਰੋ ਕਦੋਂ, 10:25 'ਤੇ। ਠੀਕ ਹੈ, ਰਿਫਲੈਕਸ ਐਂਗਲ ਜਾਣੀ ਕਿ ਪਰਾਵਰਤਨ ਕੋਣ ਪਤਾ ਕਰੋ। ਤਾਂ ਦੇਖੋ ਪਰਾਵਰਤਨ ਕੋਣ ਕਿਵੇਂ ਪਤਾ ਕਰਨਾ ਹੁੰਦਾ, ਤਾਂ ਪਹਿਲਾਂ ਦੇਖੋ ਕੁਸ਼ਚਨ, ਆਪਾਂ ਪਰਾਵਰਤਨ ਕੋਣ ਕੱਢਣਾ ਕਿੰਨੇ 'ਤੇ ਆ, 10:25 'ਤੇ। ਤਾਁ ਪਹਿਲਾਂ ਸਿੰਪਲ ਕੋਣ ਕੱਟੋ। ਠੀਕ ਹੈ, 10:25 'ਤੇ ਕਿੰਨਾ ਕੋਣ ਹੋਊਗਾ ਇਹ ਪਤਾ ਕਰੋ। ਤਾਂ ਕਿਵੇਂ ਪਤਾ ਕਰਨਾ, 30H ਮਾਈਨਸ 11/2 ਐਮ ਇਸ ਫਾਰਮੂਲੇ 'ਚ। ਠੀਕ ਹੈ, ਫਿਰ ਦੇਖੋ ਇਹ 'ਚ ਆਪਾਂ ਵੈਲਿਊ ਪੁੱਟ ਕਰਦੇ ਹਾਂ, 30 ਉਵੇਂ ਐਚ ਦੀ ਜਗ੍ਹਾ 'ਤੇ ਕੀ ਲਿਖਣਾ, ਕਿੰਨੇ ਘੰਟੇ ਆ, 10 ਘੰਟੇ ਆ, ਮਾਈਨਸ 11/2, ਮਿੰਟ ਕਿੰਨੇ ਆ, 25, ਤਾਂ ਇੱਥੇ ਮਿੰਟ ਕਿੰਨੇ ਲਿਖਦੇ, 25।
ठीक है। अगे हम कैलकुलेशन ही है तो 30 10 ना गुणा किया 300 माइनस 11 न 25 ना गुणा किया तो 275 बटा 2। ठीक है, हम आप करना है 275 2 ना डिवाइड कर दो तो 300 चो माइनस कर दो तो 300 माइनस 1 3 7.5। ठीक है, हम इन्हें आप माइनस कर दें तो देखिए 300 चो 5 गए 5, 9 चो 7 गए 2, 9 चो 3 गए 6, 2 चो 1 गया 1। तो आ अपना सिंपल एंगल आ गया। ठीक है, ये अपना कला एंगल आया। अपन पूछा की है रिफ्लैक्स एंगल यानी कि परावर्तन कोण, रिफ्लैक्स एंगल यानी कि परावर्तन कोण। तो वह किमें पता करना 360 के जोड़ा एंगल आप पता किया वह घटा देना माइनस कर देना तो 360 के 162.5 माइनस कर दो। बस सिंपल एंगल कढ़ के 360 चो माइनस कर दो तो 10 चो 5 गए 5, 9 चो 2 गए 7, 15 चो 6 गए 9, 2 चो 1 गया 1। 197.5 की आ रिफ्लैक्स एंगल आ गया, परावर्तन कोण आ गया। ठीक है, अगे देखो फिर वही डायग्राम थानू शो की हुई है कि जिहड़ी आ घड़ी की कोई भी सूई घूमती आ तो वह एक चक्कर दे विच, एक चक्कर दे विच की आ एक राउंड दे विच एक सर्कल दे विच 360 डिग्री का कोण पूरा करती है ना। जे कोई सूई इतों चली है एक तो दोबारा एक तो कदों आऊगी 12 घंटिया बाद। ठीक है, जाने कि वह एक चक्कर जाने कि 12 घंटिया दे विच की आ 360 डिग्री का कोण बनाती है। फिर एक घंटे च किन्ना कोण बनाती होगी 360 बटा 12 जाने कि 30 डिग्री। तो ही आप इतने डायग्राम दिखाया है कि हर एक घंटे के 30 डिग्री का कोण वह पूरा कर दी जाती है। ठीक है, तो देखो हम अपने को क्वेश्चन पूछा होगा कि घड़ी दोवें सूईया सीधी रेखा च कदों हो गई। तो एक तरीका तो यह है कि जी मिनटा वाली सूई तो घंटे वाली सूई है वह कट्ठिया हो गई। ठीक है, जिम्मे इतने 12 से कट्ठिया वा। ठीक है, हो सकता घड़ी दोवें सूईया ए करके 3 से कट्ठिया हो सकता दोवें सूईया 6 से कट्ठिया हो 7 से कट्ठिया हो। ठीक है, दोवें सूईया जो सकता दोवें सूईया 8 से कट्ठिया हो। किसी भी पॉइंट से सूईया जो दोवें कट्ठिया हो जाए तो आप कहेंगे कि है दोवें सीधी रेखा चा जाने कि दोवें की आ दोवें की आ स्ट्रेट लाइन च आ। ठीक है, तो जो भी थानू क्वेश्चन च पूछा हो घड़ी दोवें सूईया सीधी रेखा चा जो कुछ भी इवें क्वेश्चन पूछा हो तो सीधी रेखा का मतलब की आ कि मिनटा वाली सूई तो घंटे वाली सूई जो दोवें कट्ठिया हो। एक कंडीशन तो यह बनती है कि दोवें सूईया की होनगियां एको जगह पर कट्ठिया होवें सूईया मान लो आपस एको जगह पर कट्ठिया। ठीक है, जिमें देखो मिनट वाली सूई भी इतनी है तो घंटे वाली सूई भी इतनी है एको जगह पर है तो दोवें आपस कोण कि बनता पाया 0। ठीक है, जिमें देखो आ कट्ठिया वा नहीं मतलब इन्हें कुछ ना कुछ कोण कि कोण आ देखो 30 30 30 तो 30 कि कोण आ इन 4 30 12 120 डिग्री का कोण। ठीक है, जे आप इन दोवों कोण देखिए देखो ए कोण देखिए तो किन्ना कोण देखो 30 30 तो 30 यानी क्या कि कोण 90। ठीक है, सिमिलरली आप इन दोवों कोण देखिए इन दोवों तो कि कोण है देखो एक आ वाला 30 आ 30 30 30 तो 30 किन्नी बार 30 आ गया 5 बार यानी कि किन्ने का कोण 150 का। ए करके घड़ी सूईया के कोण होंगे हम दोवें सूईया मान लो एको जगह पर ही है एक सूई इतने आ तो दूसरी सूई भी की आ इतें आ ये उत्ते ही आ तो दो सूईया इवें कट्ठिया एको पोजिशन पर तो कोण कि हो गया 0 डिग्री। ठीक है, तो जो उन्होंने कहता दोवें लाइना की आ दोवें सूईया की आ स्ट्रेट लाइन च। ठीक है, दोवें की आ सीधी रेखा च तो वो पहली कंडीशन की दोवे एंगल कि होगा 0 डिग्री। ये पहली कंडीशन है। ठीक है, फस्ट कंडीशन। ठीक है, जस्ट वैसे समझने वास्ते रफ वर्क की सी दोबारा कर दें आपां इहनूं इत्थे। उह कहिंदे पए आ कि घड़ी दीआं सूईआं 3 तों लैके 4 वजे दे विचकार कट्ठियां कदों होणगीआं। ठीक है, दोवें सूईआं किन्ने वजे कट्ठियां होणगीआं इक्को जगह ते कदों होणगीआं 3 तों लैके 4 वजे दे विच विच। इहनूं आपां की करना एक फॉर्मूले नाल क्वेश्चन सॉल्व कर लेना। सब तों पहला फॉर्मूला की है। ठीक है, फॉर्मूला नोट कर लो। फॉर्मूला है 12 बटा 11 5 गुणा 5t। ठीक है, 12 बटा 11 गुणा 5t या सीधा इंज कर लो 60 बटा 11t। ठीक है, जोड़ा मर्जी फॉर्मूला याद कर लो
60 बटा 11 टी तुम याद रख लेना। टी का मतलब की है टाइम, ठीक है समा। तो आ चीज तो देखो जो पूछा होगा 3 तो लैके 4 बजे विचकार कदों इकट्ठिया होनगियां, तो तुम की लिखना फार्मूला लिखना 60 बटा 11 टी, तो टी की जगह पर क्या लिख देना समा, कि समा जो दोवों चो पहला आ रहा, 3 तो 4 पहला कि आ रहा 3, तो 60 बटा 11 गुणा 3 इनू की लिखा आप गुणा करके 60 में 3 गुणा की 180 बटा 11, ठीक है। अगे इनू पॉइंटा च खोल दो, 180 में 11 नाल भाग कर दो, तो 11 एकम 11 7 बजे, 11 छिकी 66 4 बजे, तो कि आंसर आ गया 16 सही 4 बटे 11 आएगा आंसर आ गया, ठीक है। तो वह पूछेंगे कि किन्ने बजे इकट्ठिया हुई सी, तो किन्ने बजे इकट्ठिया हुई सी, 3 बजे तो बाद इकट्ठिया हुई, यानी कि 3 है ना 3 घंटे तो इन्ने मिनट बाद इकट्ठिया हुई, ठीक है। 3 बजे तो बाद जाने की 3 घंटे तो इन्ने मिनट बाद इकट्ठिया हुई सी, किमें मिनट कटे आप सीधा फॉर्मूले भरता 60 बटा 11 टी लिख के फॉर्मूला लगाता। एक होर कर दें देखो, ये पुछते भाई 9 तो लैके 10 बजे तक, 10 बजे तक कदों इकट्ठिया होनगियां, को इनसाइड होनगियां मतलब आपस के मिलनगियां, कदों इकट्ठिया होनगियां, ठीक है। तो की तरीका वा की फॉर्मूला 60 बटा 11 टी ए फॉर्मूला, ठीक है। तो 60 बटा 11 उवें टी की जगह पर आप लिखना टाइम, कि टाइम पहला वाला, कि टाइम पहला 9 के 10, ठीक है। तो 9 छिक 54 540 बटा 11, हम आप इन डिवाइड करके देख लेने 540 बटा 11, तो 4 तो गया 44, फिर 9 तो गया 99 एक बाकी, तो इनू डिवाइड करके की आ गया वा देखो 49 सही 1 बटा 11, ये अपने मिनट आ गए। उन्होंने पूछा से किन्ने बजे इकट्ठिया होनगियां, एट वट टाइम किन्ने बजे इकट्ठिया होनगियां, तो आंसर की आऊगा 9 घंटे 9 आर एंड 49 1 बाय 11 मिनट्स, तो इन्ने समय से की वो इकट्ठिया होनगियां, आ जिहड़ा की आ आंसर आ गया, ठीक है। ये जो भी क्वेश्चन पूछा हो कि दोवें सुइयां कदों इकट्ठिया होनगियां, तो सिंपली इस फार्मूले च भर देना 60 बटा 11 टी, ठीक है। हुण एक होर क्वेश्चन पूछ लेंदे कि घड़ी दियां सुइयां फिर सीधी लाइन च होणगियां पर इकट्ठिया नहीं होणगियां, जिवें देखो सीधी लाइन च एक उपर एक नीचे, ठीक है। तो दोवां दे विच किन्ना कोण बनूगा 180 डिग्री का, किवें देखो आ एंगल किन्ने दा वा 30 दा, आ वी 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 30 दा, देखो 30 30 30 30 30 ਕਿੰਨੀ ਵਾਰੀ ਆ ਗਿਆ 6 ਵਾਰੀ, ਤਾਂ 6 ਤੀ 18 ਕਿੰਨਾ ਕੋਣ ਬਣ ਰਿਹਾ 180 ਦਾ। ਵੈਸੇ ਵੀ ਸਿੱਧੀ ਲਾਈਨ 'ਤੇ ਐਂਗਲ ਕਿਹੜਾ ਬਣਦਾ ਹੁੰਦਾ ਵਾ 180 ਦਾ, ਠੀਕ ਹੈ। ਘੜੀ ਦੀਆਂ ਸੂਈਆਂ ਫਿਰ ਸਿੱਧੀ ਲਾਈਨ 'ਚ ਹੀ ਹੈ ਬਟ ਇਕੱਠੀਆਂ ਨੇਗੀਆਂ ਉਲਟ ਪਾਸੇ, ਇੱਕਦਮ ਉੱਪਰ ਨੂੰ ਇੱਕਦਮ ਨੀਚੇ ਨੂੰ, ਜਾਂ ਐਂ ਵੀ ਹੋ ਸਕਦਾ ਵਾ। ਦੇਖੋ ਇੱਕ ਹੋਰ ਕੀ ਤਰੀਕਾ ਹੋ ਸਕਦਾ ਵਾ, ਇੱਕ ਸੂਈ ਇੱਧਰ ਨੂੰ ਹੋਵੇ ਅਤੇ ਦੂਜੀ ਇੱਧਰ ਨੂੰ ਹੋਵੇ, ਠੀਕ ਹੈ। ਜਾਂ ਫਿਰ ਕਿਸੇ ਪਾਸੇ ਵੀ ਸਕਦੀਆਂ, ਇੱਕ ਸੂਈ ਇੱਧਰ ਨੂੰ ਹੋਵੇ ਅਤੇ ਇੱਕ ਸੂਈ ਇੱਧਰ ਨੂੰ ਹੋਵੇ, ਠੀਕ ਹੈ। ਐਂ ਇਕੱਠੀਆਂ ਆਮੋ ਸਾਹਮਣੇ ਮਤਲਬ ਰਫ ਜਿਹੀ ਡਾਇਗ੍ਰਾਮ ਬਣਾਈ ਮੈਂ, ਤਾਂ ਇਹਨਾਂ 'ਚੋਂ ਕੋਈ ਵੀ ਤਰੀਕਾ ਹੋ ਸਕਦਾ, ਠੀਕ ਹੈ। ਜਿਵੇਂ ਹੋ ਸਕਦਾ ਵਾ ਸੂਈਆਂ ਇਵੇਂ ਹੋਣ, ਠੀਕ ਹੈ, ਹੋ ਸਕਦਾ ਵਾ ਸੂਈਆਂ ਇਵੇਂ ਹੋਣ, ਠੀਕ ਹੈ, ਕਿਸੇ ਵੀ ਪਾਸੇ ਨਾਲ ਹੋ ਸਕਦਾ ਸੂਈਆਂ ਇਵੇਂ ਹੋਣ, ਤਾਂ ਕਿਸੇ ਵੀ ਪਾਸੇ ਨਾਲ ਹੋਣਗੀਆਂ ਬਟ ਹੋਣਗੀਆਂ ਕਿਵੇਂ ਉਲਟ, ਠੀਕ ਹੈ। ਅਤੇ ਕੋਣ ਕਿੰਨਾ ਬਣੂਗਾ 180 ਡਿਗਰੀ ਦਾ, ਕਿਹੜੀ ਰੇਖਾ ਚਾਹੀਦੀ, ਸਿੱਧੀ ਰੇਖਾ ਚਾਹੀਏ। ਇੱਕ ਸਿਚੁਏਸ਼ਨ ਆਪਾਂ ਪਹਿਲਾਂ ਕੀਤੀ ਸੀ, ਸੈਕਿੰਡ ਸਿਚੁਏਸ਼ਨ, ਠੀਕ ਹੈ। ਦੋ ਕੰਡੀਸ਼ਨਸ ਆ, ਇੱਕ ਪਹਿਲਾਂ ਸੀ ਇੱਕ ਹੋਣਾ, ਇੱਥੇ ਵੀ ਸਿੱਧੀ ਰੇਖਾ 'ਚ ਸਟੇਟ ਲਾਈਨ 'ਚ, ਬਟ ਇੱਥੇ ਕੋਣ ਕਿੰਨਾ ਬਣਦਾ ਵਾ 180 ਦਾ, ਇੱਥੇ ਸੂਈਆਂ ਇਕੱਠੀਆਂ ਨੇਗੀਆਂ। ਇਹਦੇ ਬਾਰੇ ਕੁਐਸਚਨ ਆ ਸਕਦਾ, ਇਹਨੂੰ ਵੀ ਆਪਾਂ ਫਾਰਮੂਲੇ ਨਾਲ ਹੀ ਕਰਾਂਗੇ, ਬਟ ਤੁਸੀਂ ਧਿਆਨ ਨਾਲ ਦੇਖੋ ਇੱਥੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਵਾ, ਇੱਥੇ ਕਿੰਨੇ ਦਾ ਫਰਕ ਆ, ਐਂਗਲ ਦੀ ਗੱਲ ਕਰੀਏ, ਕੋਣ ਦੀ ਗੱਲ ਕਰੀਏ, ਤਾਂ ਕਿੰਨੇ ਦਾ ਫਰਕ ਆ 180 ਡਿਗਰੀ ਦਾ। ਅਤੇ ਜੇ ਆਪਾਂ ਮਿੰਟਾਂ ਦੀ ਗੱਲ ਕਰੀਏ, ਸਮੇਂ ਦੀ ਗੱਲ ਕਰੀਏ, ਤਾਂ ਕਿੰਨੇ ਮਿੰਟਾਂ ਦਾ ਫਰਕ ਆ, ਅੱਧੇ ਘੰਟੇ ਦਾ। ਦੇਖੋ 5 ਮਿੰਟ, 10 ਮਿੰਟ, 15, 20, 25, 30, ਤਾਂ ਕਿੰਨੇ ਮਿੰਟਾਂ ਦਾ ਫਰਕ ਆ, 30 ਮਿੰਟਾਂ ਦਾ। ਸਮੇਂ ਦੀ ਗੱਲ ਕਰੀਏ, ਇੱਧਰੋਂ ਵੀ ਭਾਵੇਂ ਮਿਲ ਲਓ 5, 10, 15, 20, 25, 30, ਤਾਂ ਦੋਵੇਂ ਪਾਸੇ ਜਿੱਧਰੋਂ ਮਰਜ਼ੀ ਚੈੱਕ ਕਰ ਲਓ ਸੂਈਆਂ ਦੇ ਵਿੱਚ ਕਿੰਨੇ ਦਾ ਫਰਕ ਆ, 30 ਮਿੰਟਾਂ ਦਾ। ਤਾਂ ਜਦੋਂ ਵੀ ਜਦੋਂ ਵੀ ਕੋਣ 180 ਦਾ ਬਣਦਾ ਪਿਆ ਹੁੰਦਾ ਵਾ, ਉਦੋਂ ਸੂਈਆਂ ਦੇ ਵਿੱਚ 30 ਮਿੰਟ ਦਾ ਫਰਕ ਹੁੰਦਾ, ਠੀਕ ਹੈ। ਅਤੇ ਆਪਾਂ ਬੈਕ ਚੱਲ ਕੇ ਇੱਕ ਚੀਜ਼ ਹੋਰ ਦੇਖ ਰਹੇ ਨੇ, ਇੱਥੇ ਸੂਈਆਂ ਕੀ ਸੀ ਦੋਵੇਂ ਇਕੱਠੀਆਂ ਸੀਗੀਆਂ, ਤਾਂ ਇੱਥੇ ਕੋਣ ਕਿੰਨਾ ਸੀ,
ਕੋਣ ਜਾਣੀ ਕਿ ਐਂਗਲ ਕਿੰਨਾ ਸੀ, ਤਾਂ ਸੂਈਆਂ ਇਕੱਠੀਆਂ ਸੀ, ਐਂਗਲ ਕਿੰਨਾ ਬਣਦਾ ਪਿਆ ਸੀ? ਜ਼ੀਰੋ, ਕੋਈ ਕੋਣ ਹੀ ਹੈ ਨਹੀਂ ਸੀ। ਅਤੇ ਕਿੰਨਾ ਕਿੰਨੇ ਮਿੰਟਾਂ ਦਾ ਫਰਕ ਸੀ ਦੋਵਾਂ 'ਚ? ਕੋਈ ਫਰਕ ਨਹੀਂ ਸੀ, ਦੋਵੇਂ ਇਕੱਠੀਆਂ ਤਾਂ ਸੀਗੀਆਂ। ਤਾਂ ਸਮਾਂ ਕਿੰਨਾ ਸੀ, ਸਮਾਂ ਅੰਤਰ ਕਿੰਨਾ ਸੀਗਾ, ਟਾਈਮ ਗੈਪ ਕਿੰਨਾ ਸੀ ਦੋਵਾਂ ਦੇ ਵਿੱਚ? 0 ਮਿੰਟ ਦਾ। ਠੀਕ ਹੈ, ਅਤੇ ਹੁਣ ਆਪਾਂ ਗੱਲ ਕਰਦੇ ਪਏ ਹਾਂ 180 ਦੀ। ਜਦੋਂ 180 ਦੇ ਫਾਸਲੇ ਤੇ ਹੁੰਦੇ ਉਦੋਂ ਕਿੰਨੇ ਦਾ ਫਰਕ ਹੁੰਦਾ ਵਾ? 30 ਮਿੰਟ ਦਾ। ਚਾਹੇ ਆਪਾਂ ਕਿਸੇ ਹੋਰ ਪਾਸੇ ਵੀ ਬਣਾ ਕੇ ਦੇਖ ਲਈਏ। ਦੇਖੋ, ਜਿਵੇਂ ਮੈਂ ਇੱਧਰ ਨੂੰ ਬਣਾ ਕੇ ਦੇਖਾਂਗੀ, ਆਏ ਮੈਂ ਸਿੱਧੀ ਸਿੱਧੀ ਲਾਈਨ ਡਰਾ ਕਰਾਂ, ਇਹਨਾਂ 'ਚ ਵੀ ਦੇਖੋ ਕਿੰਨੇ ਦਾ ਫਰਕ ਹੋਊਗਾ, 30 ਮਿੰਟ ਦਾ। ਕਿਵੇਂ, 5 ਮਿੰਟ, 10 ਮਿੰਟ, 15, 20, 25 ਅਤੇ 30, ਇਹਨਾਂ 'ਚ ਵੀ ਕਿੰਨੇ ਦਾ ਫਰਕ ਆ? 30 ਦਾ। ਤਾਂ ਜਦੋਂ ਵੀ ਸੂਈਆਂ ਦੇ ਵਿੱਚ 130 ਦਾ ਅੰਤਰ ਹੁੰਦਾ ਵਾ, ਤਾਂ ਉਦੋਂ ਸਮੇਂ ਦਾ ਅੰਤਰ ਕਿੰਨਾ ਹੁੰਦਾ ਵਾ? 30 ਮਿੰਟ ਦਾ ਅੰਤਰ। ਠੀਕ ਹੈ, ਤਾਂ ਉਵੇਂ ਦੇਖੋ, ਉਹਨੂੰ ਪੁੱਛਿਆ ਵਾ 7 ਤੋਂ 8 ਵਜੇ ਦੇ ਵਿੱਚ ਸੂਈਆਂ ਕਦੋਂ ਆਪਸ 'ਚ ਸਟ੍ਰੇਟ ਲਾਈਨ 'ਚ ਹੋਣਗੀਆਂ, ਪਰ ਉਲਟ ਪਾਸੇ ਹੋਣਗੀਆਂ, ਮਿਲਣਗੀਆਂ। ਠੀਕ ਹੈ, ਇਕੱਠੀਆਂ ਨਹੀਂ ਹੋਣਗੀਆਂ, ਜਾਣੀ ਕਿ 180 ਦਾ ਅੰਤਰ ਕਦੋਂ ਹੋਊਗਾ, ਇਹ ਪੁੱਛ ਰਹੇ ਆ। ਕਹਿੰਦੇ ਕਿ ਸੂਈਆਂ ਸਿੱਧੀ ਲਾਈਨ 'ਚ ਤਾਂ ਹੋਣਗੀਆਂ, ਸੂਈਆਂ ਸਿੱਧੀ ਲਾਈਨ 'ਚ ਹੋਣਗੀਆਂ ਪਰ ਮਿਲਣਗੀਆਂ ਨਹੀਂ, ਜਾਣੀ ਕਿ ਅੰਤਰ ਕਿੰਨੇ ਦਾ ਰਹੇਗਾ? 180 ਡਿਗਰੀ ਦਾ, ਜਾਣੀ ਕਿ 30 ਮਿੰਟ ਦਾ। ਠੀਕ ਹੈ, ਇਹਦੇ ਬਾਰੇ ਕੁਸ਼ਚਨ ਪੁੱਛ ਰਹੇ ਆ 7 ਤੋਂ 8 ਵਜੇ ਦੇ ਵਿਚਕਾਰ। ਇਹਨੂੰ ਵੀ ਆਪਾਂ ਕਿਹਦੇ ਨਾਲ ਕਰਨਾ? ਫਾਰਮੂਲੇ ਨਾਲ। ਫਾਰਮੂਲਾ ਕੀ ਆ? ਫਾਰਮੂਲਾ ਕੀ ਆ? ਹੈਗਾ ਫਾਰਮੂਲਾ 12/11 5t ਮਾਈਨਸ ਜਾਂ ਪਲੱਸ, ਇੱਥੇ ਕੋਈ ਵੀ ਵੈਲਿਊ, ਇੱਥੇ ਆਪਾਂ ਉਹ ਵੈਲਿਊ ਲਿਖਣੀ ਹੈ। ਕਿਹੜੀ ਲਿਖਾਂਗੇ ਇਸ ਕੇਸ 'ਚ? ਇੱਥੇ ਵੈਲਿਊ ਕਿੰਨੀ ਲਿਖਾਂਗੇ? 30 ਲਿਖਾਂਗੇ। ਠੀਕ ਹੈ, ਆਹ ਫਾਰਮੂਲਾ। ਪਿਛਲੇ ਦਾ ਫਾਰਮੂਲਾ ਕੀ ਸੀਗਾ? 12/11 5t। ਠੀਕ ਹੈ, ਜੇ ਆਪਾਂ 5 ਨੂੰ ਮਲਟੀਪਲਾਈ ਕਰ ਦਈਏ ਤਾਂ 12 5 60t/11 ਆਪਾਂ ਐਵੇਂ ਯਾਦ ਕਰ ਸਕਦੇ ਸੀ ਪਿਛਲੇ ਦੇ ਵਿੱਚ, ਬਟ ਐਤਕੀ ਫਾਰਮੂਲਾ ਆਹ। ਠੀਕ ਹੈ, ਤਾਂ ਦੇਖੋ ਕੀ ਆ ਫਾਰਮੂਲਾ, ਤਾਂ ਲਿਖ ਲਓ 12/11 5t ਪਲੱਸ ਮਾਈਨਸ, ਇੱਥੇ ਕੀ ਆਜੂਗਾ? ਕੋਈ ਵੀ ਮਿੰਟ ਵਗੈਰਾ। ਠੀਕ ਹੈ, ਕੋਈ ਵੀ ਟਾਈਮ ਗੈਪ ਜਿੰਨਾ ਵੀ ਇੱਥੇ ਹੁੰਦਾ, 5 ਮਿੰਟ, 10 ਮਿੰਟ, 15 ਮਿੰਟ, ਅਤੇ ਉਹ ਆਪਾਂ ਇੱਥੇ ਲਿਖਣਾ ਹੁੰਦਾ। ਠੀਕ ਹੈ, ਪਿਛਲੇ ਕੁਸ਼ਚਨ ਦੇ ਵਿੱਚ ਕੀ ਸੀਗਾ? ਇਹ ਗੈਪ ਕੀ ਸੀ? 0 ਸੀ। ਤਾਂ ਇਹ ਆਪਣਾ ਫਾਰਮੂਲਾ। ਤਾਂ ਹੁਣ ਦੇਖੋ ਆਪਣੇ ਕੋਲ ਕੀ ਆ? ਇਹ ਆਪਸ 'ਚ ਉਲਟ ਆ, ਜਾਣੀ ਕਿ 180 ਡਿਗਰੀ ਆ, ਜਾਣੀ ਕਿ 30 ਮਿੰਟ ਆ, ਇਹ ਆਪਣੀ ਕੰਡੀਸ਼ਨ ਆ। ਠੀਕ ਹੈ, ਹੁਣ ਆਪਾਂ ਕੁਸ਼ਚਨ ਦਾ ਆਂਸਰ ਸੋਲਵ ਕਰਦੇ ਹਾਂ। ਤਾਂ ਕੀ ਕਹਿ ਰਹੇ ਆ? 12/11 ਉਵੇਂ, 5 ਉਵੇਂ, ਟੀ ਦੀ ਜਗ੍ਹਾ 'ਤੇ ਕੀ ਲਿਖਣਾ ਸੀ? ਟਾਈਮ, ਸਮਾਂ, ਕਿਹੜਾ? ਜਿਹੜਾ ਦੋਵਾਂ 'ਚੋਂ ਪਹਿਲਾਂ ਆ ਰਿਹਾ, ਜਾਣੀ ਕਿ ਕੀ ਲਿਖਾਂਗੇ? 7 ਵਜੇ। ਠੀਕ ਹੈ, ਪਲੱਸ ਜਾਂ ਮਾਈਨਸ 'ਚ ਕੁਛ ਇੱਕ ਕਰਨਾ, ਆਪਾਂ ਮਾਈਨਸ ਹੀ ਕਰਾਂਗੇ ਜ਼ਿਆਦਾਤਰ। ਠੀਕ ਹੈ, ਪਲੱਸ ਆਪਾਂ ਦੇਖਾਂਗੇ ਕਦੋਂ ਕਰਨਾ, ਆਪਾਂ ਇੱਥੇ ਮਾਈਨਸ ਕਰਾਂਗੇ, ਅਤੇ ਨਾਲ ਇੱਥੇ ਕੀ ਲਿਖਣਾ ਵਾ? ਟਾਈਮ, ਅਤੇ ਟਾਈਮ ਕਿੰਨਾ ਲਿਖਾਂਗੇ? 30 ਮਿੰਟ। ਸੂਈਆਂ ਦੇ ਵਿੱਚ ਕਿੰਨੇ ਦਾ ਅੰਤਰ ਆ? 30 ਮਿੰਟ ਦਾ। ਹੁਣ ਦੇਖੋ 12/11 ਉਵੇਂ, ਅੱਗੇ 7 × 5 = 35 ਮਾਈਨਸ 30 ਕਿੰਨਾ ਆ ਗਿਆ? 12/11 ਉਵੇਂ, 35 × 30 ਗਏ 5, ਅਤੇ ਇਹ ਕਿੰਨਾ ਆ ਗਿਆ? 60/11। ਠੀਕ ਹੈ, 60/11 ਨੂੰ ਆਪਾਂ ਰਫ ਸਾਈਡ 'ਤੇ ਸੋਲਵ ਕਰ ਲੈਂਦੇ ਹਾਂ। 60/11 ਨੂੰ ਸੋਲਵ ਕਰੀਏ ਤਾਂ 11 × 5 = 55 ਅਤੇ 5 ਬਾਕੀ, ਤਾਂ ਕਿੰਨਾ ਆ ਗਿਆ? 5 ਸਹੀ, 5/11। ਤਾਂ ਹੁਣ ਆਪਾਂ ਇਹ ਆਪਣੇ ਕੋਲ ਕੀ ਆਇਆ? ਮਿੰਟ। ਆਪਣੇ ਕੋਲ ਕੀ ਆਇਆ? ਮਿੰਟ। ਤਾਂ ਜਾਣੀ ਕਿ ਆਪਣਾ ਆਂਸਰ ਕੀ ਆਊਗਾ? 7 ਘੰਟੇ, ਦੇਖੋ ਸ਼ੁਰੂ ਕਿੱਥੋਂ ਹੋਇਆ ਸੀ? 7 ਵਜੇ ਤੋਂ। 7 ਘੰਟੇ, 5 ਸਹੀ, 5/11 ਮਿੰਟ। ਠੀਕ ਹੈ, ਇਹ ਆਪਣਾ ਕੀ ਆਊਗਾ? ਆਂਸਰ ਆਊਗਾ। ਠੀਕ ਹੈ, ਇੱਥੇ ਆਪਾਂ ਕੀ ਕਰਨਾ ਹੁੰਦਾ? ਜ਼ਿਆਦਾਤਰ ਮਾਈਨਸ ਕਰਨਾ ਹੁੰਦਾ, ਕਦੇ ਕਦੇ ਪਲੱਸ ਵੀ ਕਰ ਲਈਦਾ, ਬਟ ਆਪਾਂ ਮਾਈਨਸ ਵਾਲੇ ਮੈਥਡਾਂ ਹੀ ਕਰਾਂਗੇ। ਠੀਕ ਹੈ, ਪਲੱਸ ਆਪਾਂ ਕਿਉਂ ਨਹੀਂ ਕਰਦੇ? ਕਿਉਂਕਿ ਟਾਈਮ 8 ਵਜੇ ਤੋਂ ਫਿਰ ਅੱਗੇ ਚਲਾ ਜਾਂਦਾ, ਅਤੇ ਆਪਾਂ ਕੱਢਣਾ ਕਿੰਨੇ ਵਿੱਚ? 7 ਤੋਂ ਲੈ ਕੇ 8 ਵਜੇ ਦੇ ਵਿੱਚ ਆਂਸਰ ਕੱਢਣਾ ਦਾ, ਤਾਂ ਕਿ ਤੁਸੀਂ ਇੱਥੇ ਮਾਈਨਸ ਹੀ ਕਰਿਆ ਕਰੋ, ਪਲੱਸ ਰਹਿਣਗੇ। ਠੀਕ ਹੈ, ਹੁਣ ਦੁਬਾਰਾ ਅੱਗੇ ਇੱਕ ਹੋਰ ਕੁਸ਼ਚਨ ਆ ਗਿਆ ਕਿ ਦੇਖੋ, ਹੁਣ ਪੁੱਛਣਗੇ ਘੜੀ ਦੀਆਂ ਸੂਈਆਂ ਆਪਸ 'ਚ ਸਮ ਕੋਣ ਬਣਾਉਣ, ਆਪਸ ਦੇ ਵਿੱਚ ਕੀ ਬਣਾਉਣ? ਸਮ ਕੋਣ ਬਣਾਉਣ, ਆਪਸ ਦੇ ਵਿੱਚ ਰਾਈਟ ਐਂਗਲ ਬਣਾਉਣ, ਆਪਸ ਦੇ ਵਿੱਚ ਕੀ ਹੋਣ? ਲੰਬ ਬਣਾਉਣ, ਆਪਸ ਦੇ ਵਿੱਚ ਕੀ ਬਣਾਉਣ? ਪਰਪੈਂਡੀਕੁਲਰ ਬਣਾਉਣ। ਠੀਕ ਹੈ, ਇਹਨਾਂ ਦੇ ਵਿੱਚ ਤੁਹਾਨੂੰ ਕੁਛ ਵੀ ਕਹਿ ਸਕਦੇ, ਤੁਸੀਂ ਆਪ ਦੇਖੋ। ਆਹ ਆਪਸ ਦੇ ਵਿੱਚ ਕੀ ਬਣਾ ਰਹੀਆਂ ਵਾ? 90 ਡਿਗਰੀ ਦਾ ਕੋਣ ਹੀ ਬਣਾ ਰਹੀਆਂ ਆਹ ਸੂਈਆਂ, ਅਤੇ ਕਿੰਨੇ ਮਿੰਟ ਦਾ ਫਰਕ ਆ? ਦੇਖੋ 5 ਮਿੰਟ, 10 ਮਿੰਟ, 15 ਮਿੰਟ, ਜਾਣੀ ਕਿ ਕਿੰਨੇ ਦਾ ਸਮੇਂ, ਕਿੰਨੇ ਦਾ ਅੰਤਰ ਆ? ਸਮਾਂ ਕਿੰਨਾ ਵਾ? 15 ਮਿੰਟ। ਅਤੇ ਕੋਣ ਜਾਣੀ ਕਿ ਐਂਗਲ ਕਿੰਨਾ ਵਾ? ਐਂਗਲ ਤੁਸੀਂ ਆਪ ਦੇਖੋ, ਇੱਥੇ ਕਿੰਨਾ ਹੁੰਦਾ ਵਾ ਕੋਣ? 30, ਅਗਲੇ 'ਚ ਵੀ ਕਿੰਨਾ ਹੁੰਦਾ ਵਾ? 30, ਅਤੇ ਇੱਥੇ ਵੀ ਕਿੰਨਾ ਹੁੰਦਾ ਵਾ? 30
ਤੀਹ ਅਤੇ ਤੀਹ ਜਾਣੀ ਕਿ 90 ਸਮਕੋਣ ਹੀ ਹੁੰਦਾ ਨਾ। ਸਮਕੋਣ ਜਾਂ ਰਾਈਟ ਐਂਗਲ ਕਿਹਨੂੰ ਕਹਿੰਦੇ? 90 ਡਿਗਰੀ ਦੇ ਕੋਣ ਨੂੰ ਸਮਕੋਣ ਜਾਂ ਰਾਈਟ ਐਂਗਲ ਕਹਿੰਦੇ। ਤਾਂ ਰਾਈਟ ਐਂਗਲ ਕਦੋਂ ਬਣੂਗਾ? ਜਦੋਂ ਸੂਈਆਂ ਦੇ ਵਿੱਚ 15 ਮਿੰਟਾਂ ਦਾ ਫਰਕ ਹੋ। ਕਿਸੇ ਹੋਰ ਪਾਸੇ ਵੀ ਦੇਖ ਸਕਦੇ ਹੋ, ਕਿਤੇ ਵੀ ਬਣਿਆ ਹੋ ਸਕਦਾ, ਜ਼ਰੂਰੀ ਨਹੀਂ ਇੱਥੇ ਉੱਪਰ। ਮੰਨ ਲਓ ਇੱਕ ਸੂਈ ਇੱਥੇ ਆ ਅਤੇ ਇੱਕ ਸੂਈ ਇੱਥੇ ਆ, ਠੀਕ ਆ, ਆਹ ਦੋ ਪੁਆਇੰਟਾਂ 'ਚ ਸੂਈਆਂ, ਇਹਨਾਂ 'ਚ ਵੀ ਕਿਹੜਾ ਕੋਣ ਬਣੂਗਾ? 90 ਡਿਗਰੀ ਦਾ। ਕਿਉਂ? 30 ਅਤੇ 30 60 ਅਤੇ 30 90, ਠੀਕ ਹੈ। ਤਾਂ ਕਿਸੇ ਵੀ ਪਾਸੇ ਬਣਿਆ ਹੋ ਸਕਦਾ, ਕਿਹੜਾ ਬਣੂਗਾ? ਸਮਕੋਣ ਹੀ ਬਣੂਗਾ। ਹੁਣ ਅੱਗੇ ਦੇਖਦੇ ਹਾਂ, ਕਹਿੰਦੇ ਕਿ 5 ਵਜੇ ਤੋਂ ਲੈ ਕੇ 5:30 ਦੇ ਵਿੱਚ ਵਿੱਚ ਸਮਕੋਣ ਕਦੋਂ ਬਣਾਉਣਗੀਆਂ, ਠੀਕ ਹੈ। 5 ਵਜੇ ਤੋਂ ਲੈ ਕੇ 5:30 ਦੇ ਵਿੱਚ ਵਿੱਚ ਸਮਕੋਣ ਕਦੋਂ ਬਣਾਉਣਗੀਆਂ, ਅਤੇ ਫਾਰਮੂਲਾ ਉਹੀ ਆ। ਦੇਖੋ 12/11 5t ਮਾਈਨਸ, ਇੱਥੇ ਕੀ ਲਿਖਾਂਗੇ? ਕੋਈ ਵੀ ਟਾਈਮ, ਠੀਕ ਹੈ। ਅਤੇ ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਕੀ ਹੈ, ਸਮਕੋਣ ਕਹਿ ਰਹੇ ਆ ਉਹ, ਸਮਕੋਣ ਜਾਣੀ ਕਿ 90 ਡਿਗਰੀ, ਅਤੇ ਇਹਦੇ 'ਚ ਸਮਾਂ ਕਿੰਨਾ ਹੁੰਦਾ ਵਾ? 15 ਮਿੰਟ। ਇਹ 'ਚ ਸਮਾਂ ਕਿੰਨਾ ਹੁੰਦਾ ਵਾ? 15 ਮਿੰਟ। ਤਾਂ ਆਪਾਂ ਕੁਐਸਚਨ ਦੇ ਵਿੱਚ ਇੱਥੇ ਕੀ ਕਰਨਾ ਵਾ? ਇੱਥੇ 15 ਮਿੰਟ ਲਿਖਣਾ, ਠੀਕ ਹੈ। ਫਾਰਮੂਲਾ ਉਹੀ ਆ, 12/11 5t। ਇਹਨੂੰ ਮਿੰਟ 'ਤੇ ਇੱਕ ਵਾਰੀ ਫਿਰ ਸਾਰਾ ਸਮ ਅਪ ਕਰਕੇ ਵੀ ਦੱਸੂਗੀ। ਤਾਂ ਦੇਖੋ 12/11 ਉਵੇਂ, 5 ਉਵੇਂ, ਅਤੇ ਟਾਈਮ ਕਿੰਨਾ ਵਾ? ਟਾਈਮ ਵੀ ਕਿੰਨਾ ਵਾ? 5 ਹੀ ਆ, ਠੀਕ ਹੈ, 5। ਅਤੇ ਇੱਥੇ ਕੀ ਲਿਖ ਦੇਣਾ? 15 ਮਿੰਟ, ਕਿਉਂਕਿ ਆਪਸ 'ਚ ਗੈਪ ਕਿੰਨੇ ਦਾ ਵਾ? 15 ਮਿੰਟਾਂ ਦਾ। ਜਦੋਂ ਰਾਈਟ ਐਂਗਲ ਬਣਾਉਂਦੀਆਂ, ਸਮਕੋਣ ਬਣਾਉਂਦੀਆਂ, ਉਦੋਂ ਗੈਪ ਕਿੰਨੇ ਦਾ ਹੁੰਦਾ ਵਾ? 15 ਮਿੰਟਾਂ ਦਾ। 12/11 ਉਵੇਂ, 5 5 25 ਮਾਈਨਸ 15, 25 'ਚੋਂ 15 ਗਏ ਤਾਂ 12/11, 25'ਚੋਂ 15 ਗਏ ਤਾਂ 10, ਤਾਂ ਕੀ ਆ ਗਿਆ? 120/11। 120/11 ਨੂੰ ਇੱਥੇ ਸਾਈਡ 'ਤੇ ਆਪਾਂ ਡਿਵਾਈਡ ਕਰਕੇ ਦੇਖ ਲੈਂਦੇ ਹਾਂ। ਤਾਂ 11 1 11 ਅਤੇ 10 ਬਾਕੀ, ਰਾਈਟ। ਤਾਂ ਹਾਂ, ਤਾਂ ਇਹਦਾ ਆਂਸਰ ਕਿੰਨਾ ਆ ਗਿਆ? ਇੱਥੇ ਵੀ 10 ਆਊਗਾ, ਹੈ ਨਾ। 100 ਕੀ ਆ ਗਿਆ? 10 ਸਹੀ, 10/11 ਮਿੰਟ। ਆਪਾਂ ਨੂੰ ਪੁੱਛਿਆ ਸੀਗਾ ਕਿੰਨੇ ਵਜੇ ਆਪਸ 'ਚ ਸਮਕੋਣ ਬਣਾਉਣੀ ਹੈ, ਕਿੰਨੇ ਵਜੇ? ਤਾਂ ਆਪਾਂ ਦੇਖੋ ਹੁਣ ਧਿਆਨ ਨਾਲ ਦੇਖੋ, ਸਮਾਂ ਕਿੰਨੇ ਵਜੇ ਸ਼ੁਰੂ ਹੋਇਆ ਸੀ? 5 ਵਜੇ। ਕਿੰਨੇ ਵਜੇ ਸ਼ੁਰੂ ਹੋਇਆ ਸੀ ਸਮਾਂ? 5 ਵਜੇ। ਤਾਂ 5 ਘੰਟੇ ਅਤੇ 10 ਸਹੀ 10/11 ਮਿੰਟ 'ਤੇ ਇਹ ਕੀ ਬਣਾਉਣਗੀਆਂ? ਆਪਸ 'ਚ ਸਮਕੋਣ ਬਣਾਉਣਗੀਆਂ। ਆਹ ਆਪਣਾ ਆਂਸਰ। ਹਰ ਵਾਰੀ ਆਪਾਂ ਕੀ ਕੱਢਦੇ ਹਾਂ? ਮਿੰਟ ਕੱਢਦੇ ਹਾਂ। ਦੇਖੋ ਪਿਛਲੇ ਕੁਐਸਚਨ 'ਚ ਵੀ ਆਪਾਂ ਕੀ ਕੱਢੇ ਸੀਗੇ? ਇੱਥੇ ਐਂ ਸੋਲਵ ਕਰਕੇ ਮਿੰਟ ਫਾਰਮੂਲੇ 'ਚ ਭਰ ਕੇ ਆਪਾਂ ਹਰ ਵਾਰੀ ਕੀ ਪਤਾ ਕਰਦੇ ਪਏ ਹਾਂ? ਮਿੰਟ ਪਤਾ ਕਰਦੇ ਪਏ ਹਾਂ। ਦੇਖੋ ਆਹ ਫਾਰਮੂਲੇ 'ਚ ਭਰ ਕੇ ਆਪਾਂ ਕੀ ਪਤਾ ਕੀਤੇ ਹਾਂ? ਮਿੰਟ ਪਤਾ ਕੀਤੇ ਹਰ ਵਾਰ। ਅਤੇ ਇਸ ਚੀਜ਼ ਨੂੰ ਹੁਣ ਮੈਂ ਇੱਕ ਵਾਰੀ ਫਿਰ ਇੱਥੇ ਸਮ ਅਪ ਕਰਕੇ ਦਿਖਾ ਦਿੰਦੀ ਇੱਕ ਜਗ੍ਹਾ 'ਤੇ। ਤਾਂ ਦੇਖੋ ਕਿਵੇਂ ਕਰਦੇ ਹਾਂ ਕਿ ਫਾਰਮੂਲਾ ਕੀ ਆ, ਹਰ ਵਾਰੀ ਫਾਰਮੂਲਾ ਕੀ ਆ? 12/11 5t ਮਾਈਨਸ, ਇੱਥੇ ਕੀ ਲਿਖਾਂਗੇ? ਟਾਈਮ ਗੈਪ, ਠੀਕ ਹੈ। ਇਹਨੂੰ ਧਿਆਨ ਨਾਲ ਨੋਟ ਕਰਨਾ। ਦੇਖੋ ਕਿਵੇਂ, ਜਦੋਂ ਤੇ ਬਣ ਰਿਹਾ ਹੁੰਦਾ ਵਾ 0 ਡਿਗਰੀ ਐਂਗਲ, ਯਾਨੀ ਕਿ ਜਦੋਂ ਸੂਈਆਂ ਹੁੰਦੀਆਂ ਵਾ ਇਕੱਠੀਆਂ, ਜਦੋਂ ਸੂਈਆਂ ਆਪਸ 'ਚ ਇਕੱਠੀਆਂ ਹੁੰਦੀਆਂ, ਦੋਵੇਂ ਸੂਈਆਂ ਇੱਕੋ ਜਗ੍ਹਾ 'ਤੇ ਹੁੰਦੀਆਂ, ਉਦੋਂ ਸਮਾਂ ਗੈਪ ਵੀ ਕਿੰਨਾ ਹੁੰਦਾ ਵਾ? 0। ਅਤੇ ਉਦੋਂ ਐਂਗਲ ਵੀ ਕਿੰਨਾ ਹੁੰਦਾ ਵਾ? 0। ਤਾਂ ਉਦੋਂ ਆਪਾਂ ਇੱਥੇ ਕੀ ਲਿਖਾਂਗੇ? 12/11 5t ਮਾਈਨਸ, ਟਾਈਮ ਗੈਪ ਕਿੰਨਾ ਲਿਖਾਂਗੇ? 0। ਉਦੋਂ ਕਿੰਨਾ ਬਣ ਜਾਂਦਾ? 12/11 5t 'ਚੋਂ 0 ਕੱਢਾਂਗੇ, ਕੋਈ ਫਰਕ ਨਹੀਂ ਪੈਂਦਾ, 5t ਰਹਿ ਜੂਗਾ। ਇਹਨੂੰ ਆਪਾਂ ਗੁਣਾ ਕਰਕੇ 12 5 60/11t ਲਿਖ ਲਿਆ ਸੀ, ਠੀਕ ਹੈ। ਇਹ ਆਪਣਾ ਬਣ ਗਿਆ ਸੀ ਫਾਰਮੂਲਾ। ਅਤੇ ਦੂਜੀ ਵਾਰੀ ਆਪਾਂ ਕੀ ਕੱਢਿਆ? ਐਂਗਲ ਕਿੰਨਾ ਵਾ? ਉਹ ਕਹਿੰਦੇ ਐਂਗਲ ਆਪਸ 'ਚ ਹੈਗਾ ਵਾ 180, ਕਿਉਂਕਿ ਦੋਵੇਂ ਸੂਈਆਂ ਕੀ ਇੱਕ ਦੂਜੇ ਤੋਂ ਉਲਟਾ, ਠੀਕ ਹੈ। ਇਸ ਕੇਸ ਦੇ ਵਿੱਚ ਸਮਾਂ ਗੈਪ ਕਿੰਨਾ ਸੀਗਾ? 30 ਮਿੰਟ ਦਾ। ਅਤੇ ਫਿਰ ਆਪਾਂ ਕੀ ਕੀਤਾ ਸੀ? 12/11 5t ਹੋਵੇਂ, ਟਾਈਮ ਗੈਪ ਆਪਾਂ ਕਿੰਨਾ ਲਿਖਾਂਗੇ? 30 ਮਿੰਟ ਲਿਖ ਦਾਂਗੇ। ਫਿਰ ਇਸੇ ਤਰ੍ਹਾਂ ਆ ਜਾਂਦਾ ਵਾ ਕਿ ਦੋਵੇਂ ਆਪਸ 'ਚ ਕੀ ਬਣਾਉਂਦੀਆਂ ਪਈਆਂ ਵਾ? ਸਮਕੋਣ, ਯਾਨੀ ਕਿ ਐਂਗਲ ਕਿੰਨਾ ਬਣਾਉਂਦੀਆਂ ਪਈਆਂ ਵਾ? 90 ਡਿਗਰੀ ਦਾ। ਅਤੇ ਉਦੋਂ ਫਿਰ ਸਮਾਂ ਗੈਪ ਕਿੰਨਾ ਸੀਗਾ? 15 ਮਿੰਟ। ਆਪਾਂ ਕੀ ਲਿਖਾਂਗੇ? 12/11 5t ਮਾਈਨਸ 15, ਠੀਕ ਹੈ। ਤਾਂ ਇੱਥੇ ਟਾਈਮ ਗੈਪ ਆਪਾਂ ਇਹਦੇ ਅਕੋਰਡਿੰਗ ਲਿਖਣਾ ਵਾ ਕਿ 0 ਡਿਗਰੀ ਐਂਗਲ ਹੈ, 180 ਆ ਕਿ 90 ਆ।
ਤਾਂ ਹੁਣ ਅਗਲਾ ਟੌਪਿਕ ਆਪਾਂ ਕਰਦੇ ਹਾਂ ਮਿਰਰ ਇਮੇਜ। ਠੀਕ ਹੈ, ਮਿਰਰ ਇਮੇਜ ਕੀ ਹੁੰਦਾ ਵਾ ਕਿ ਇੱਕ ਪਾਸੇ ਆਪਣਾ ਕੋਈ ਕਲੋਕ ਪਿਆ ਹੋਇਆ, ਜਿਵੇਂ ਇਹ ਪਿਆ ਹੋਇਆ ਵਾ, ਅਤੇ ਇੱਧਰ ਸ਼ੀਸ਼ੇ 'ਚ ਕਿਵੇਂ ਦਿਸੂਗਾ। ਠੀਕ ਹੈ, ਤਾਂ ਸ਼ੀਸ਼ੇ 'ਚ ਕੀ ਹੁੰਦਾ ਵਾ ਕਿ ਸੂਈਆਂ ਉਲਟ ਪਾਸੇ ਦਿਖਦੀਆਂ। ਜਿਵੇਂ ਉੱਪਰ ਦੇਖੋ, ਆ ਸੂਈ ਇੱਥੇ ਸੀਗੀ 12 'ਤੇ, ਦੂਸਰੀ ਸੀਗੀ, ਇੱਕ ਸੀਗੀ ਇੱਥੇ 12 'ਤੇ, ਦੂਸਰੀ ਸੀਗੀ 3 'ਤੇ, ਜਾਣੀ ਕਿ ਸੂਈਆਂ ਕਿੰਨੇ 'ਤੇ ਸੀ, 12:15 'ਤੇ। ਬਟ ਇੱਧਰ ਸੂਈਆਂ ਕਿਵੇਂ ਦਿਖ ਰਹੀਆਂ, ਆਪਾਂ ਨੂੰ ਭੁਲੇਖਾ ਪੈਂਦਾ ਵਾ ਕਿ ਆਹ ਸੂਈ ਕੀ 'ਤੇ ਆ, 12 'ਤੇ, ਅਤੇ ਆਹ ਜਿਹੜੀ ਵੱਡੀ ਸੂਈ ਆ ਇਹ ਕਿੰਨੇ 'ਤੇ ਆ, 9 'ਤੇ। ਠੀਕ ਹੈ, ਅਤੇ ਆਪਾਂ ਨੂੰ ਕੀ ਆ 11:45 ਦਾ ਭੁਲੇਖਾ ਪੈਂਦਾ। ਠੀਕ ਹੈ, 11:45 ਦਾ ਭੁਲੇਖਾ ਪੈਂਦਾ ਆਪਾਂ ਨੂੰ ਕਿ 11 ਵੱਜਣ ਵਾਲੇ ਆ, ਇੱਥੇ 9:45 ਹੋ ਗਏ। ਠੀਕ ਹੈ, ਕਿਉਂਕਿ ਵੱਡੀ ਸੂਈ ਮਿੰਟਾਂ ਵਾਲੀ ਹੁੰਦੀ ਆ, ਤਾਂ ਆਪਾਂ ਨੂੰ ਲੱਗਦਾ ਕਿ ਇੱਥੇ 45 ਹੋ ਗਿਆ ਅਤੇ 11:45 ਹੋ ਗਿਆ, ਆਪਾਂ ਨੂੰ ਇਵੇਂ ਭੁਲੇਖਾ ਪੈਂਦਾ। ਠੀਕ ਹੈ, ਤਾਂ ਇਹ ਹੁੰਦੀ ਮਿਰਰ ਇਮੇਜ। ਇਹ 'ਚ ਤੁਹਾਨੂੰ ਕੁਐਸਚਨ ਕਿਵੇਂ ਦੇਣਗੇ, ਦੇਖੋ ਅੱਗੇ ਕਿਆ ਹੋਊਗਾ ਕਿ ਅਸਲ 'ਚ ਟਾਈਮ ਇੰਨਾ ਵਾ, ਸ਼ੀਸ਼ੇ 'ਚ ਕਿੰਨਾ ਟਾਈਮ ਦਿਖੂਗਾ। ਠੀਕ ਹੈ, ਜਾਂ ਸ਼ੀਸ਼ੇ 'ਚ ਇੰਨਾ ਟਾਈਮ ਆ, ਅਸਲ ਦੇ ਵਿੱਚ ਕਿੰਨਾ ਟਾਈਮ ਹੋਊਗਾ, ਤਾਂ ਇਵੇਂ ਦੇ ਕੁਐਸਚਨ ਹੋਣਗੇ। ਅਤੇ ਆਪਾਂ ਹੁਣ ਹਰ ਵਾਰੀ ਇਹ ਘੜੀ ਤਾਂ ਡਰਾ ਕਰਕੇ ਦੇਖਾਂਗੇ ਨਹੀਂ ਕਿ ਘੜੀ ਐਂ ਹੋਊਗੀ, ਸ਼ੀਸ਼ੇ 'ਚ ਐਵੇਂ ਦਿਖੂਗੀ, ਇਹ ਤਾਂ ਆਪਾਂ ਕਰਾਂਗੇ ਨਹੀਂ। ਜਿਵੇਂ ਆਪਾਂ ਨੂੰ ਦਿਸ ਰਿਹਾ ਵਾ ਕਿ ਅਸਲ 'ਚ ਟਾਈਮ ਕੀ ਆ, 12:15, 12:15 ਹੋਏ ਆ, ਬਟ ਸ਼ੀਸ਼ੇ 'ਚ ਕਿੰਨੇ ਦਿਖ ਰਹੇ ਆ, 11:45 ਦਿਖ ਰਹੇ ਆ। ਠੀਕ ਹੈ, ਬਟ ਐਗਜ਼ਾਮ ਦੇ ਵਿੱਚ ਆਪਾਂ ਐਵੇਂ ਘੜੀ ਡਰਾ ਕਰਕੇ ਨਹੀਂ ਦੇਖਾਂਗੇ, ਉੱਥੇ ਇਹਨੂੰ ਆਪਾਂ ਇੱਕ ਟ੍ਰਿਕ ਦੇ ਨਾਲ ਸੋਲਵ ਕਰਾਂਗੇ। ਸੋ ਟ੍ਰਿਕ ਆਪਾਂ ਡਿਸਕਸ ਕਰਦੇ ਹਾਂ। ਤਾਂ ਦੇਖੋ ਕੀ ਕਰਾਂਗੇ, ਜਿਵੇਂ ਆ ਪਿਛਲੇ ਕੁਐਸਚਨ ਦੇ ਵਿੱਚ ਹੀ ਆ, ਤਾਂ ਅਸਲ ਦੇ ਵਿੱਚ ਟਾਈਮ ਕਿੰਨਾ ਵਾ, 12:15। ਠੀਕ ਹੈ, ਤਾਂ ਗਿਵਨ ਟਾਈਮ ਕਿੰਨਾ ਵਾ, ਰੀਅਲ ਟਾਈਮ ਕਿੰਨਾ ਵਾ, 12:15। ਅਤੇ ਆਪਾਂ ਨੂੰ ਪੁੱਛਿਆ ਹੋਊਗਾ ਸ਼ੀਸ਼ੇ ਦੇ ਵਿੱਚ ਟਾਈਮ ਕਿੰਨਾ ਦਿਸੂਗਾ, ਕਿੰਨਾ ਪ੍ਰਤੀਬਿੰਬ ਬਣੂਗਾ ਸ਼ੀਸ਼ੇ ਦੇ ਵਿੱਚ। ਤਾਂ ਆਪਾਂ ਕੀ ਕਰਨਾ, ਉਹਨੂੰ 23:60 ਦੇ ਵਿੱਚੋਂ ਇਹਨੂੰ ਮਾਈਨਸ ਕਰ ਦੇਣਾ। ਠੀਕ ਹੈ, 12:15 ਨੂੰ ਇਹਦੇ ਵਿੱਚੋਂ ਮਾਈਨਸ ਕਰ ਦੇਣਾ। 12:15 ਨੂੰ ਇਹ 'ਚੋਂ ਮਾਈਨਸ ਕਰੀਏ ਤਾਂ 60 ਦੇ ਵਿੱਚੋਂ 15 ਗਏ 45, ਅਤੇ 23 ਦੇ ਵਿੱਚੋਂ 12 ਗਏ 11। ਤਾਂ ਆਪਣਾ ਆਪਦੇ ਆਪ ਹੀ ਆਂਸਰ ਆ ਗਿਆ। ਤਾਂ ਆਪਣਾ ਸੀਗਾ ਟ੍ਰਿਕ। ਠੀਕ ਹੈ, ਸਟੈਪ 1 ਕੀ ਕਰਨਾ, 23:60 ਦੇ ਵਿੱਚੋਂ ਇਹਨੂੰ ਮਾਈਨਸ ਕਰ ਦੇਣਾ। ਹੁਣ ਆਪਾਂ ਦੂਜੀ ਐਗਜ਼ਾਮਪਲ ਕਰਦੇ ਹਾਂ। ਤਾਂ ਦੇਖੋ ਹੁਣ ਆਪਾਂ ਨੂੰ ਟਾਈਮ ਕਿੰਨਾ ਦਿੱਤਾ ਹੋਇਆ ਵਾ, 2:40। ਠੀਕ ਹੈ, ਉਹ ਕਹਿੰਦੇ ਪਏ ਆ ਸ਼ੀਸ਼ੇ ਦੇ ਵਿੱਚ ਟਾਈਮ ਕਿੰਨਾ ਵਾ, 2:40, ਅਤੇ ਰੀਅਲ ਟਾਈਮ ਕਿੰਨਾ ਹੋ, ਜਿਹੜਾ ਮਰਜ਼ੀ ਪੁੱਛਿਆ ਵੀ ਤਰੀਕਾ ਉਹੀ ਆ। ਤਾਂ ਕੀ ਕਰਨਾ, 23:60 'ਚੋਂ, 23:60 'ਚੋਂ ਆਪਾਂ 2:40 ਨੂੰ ਘਟਾ ਦੇਣਾ। ਠੀਕ ਹੈ, ਸਟੈਪ 1, ਸਟੈਪ 1। ਠੀਕ ਹੈ, ਤਾਂ ਇਹਨੂੰ ਘਟਾਇਆ ਕਿੰਨਾ ਆ ਗਿਆ, 20 ਮਿੰਟ, 21:20। ਹੁਣ ਟਾਈਮ ਕੀ ਆ, 12 ਤੋਂ ਵੱਡਾ ਵਾ, ਜਿਹੜੀ ਘੜੀ ਹੁੰਦੀ ਐਵੇਂ ਕਰਕੇ ਉੱਥੇ ਗਿਣਤੀ ਕਿੰਨੀ ਹੁੰਦੀ ਆ, 1 ਤੋਂ ਲੈ ਕੇ 12 ਤੱਕ, 1, 2, 3, 4, 5 ਐਵੇਂ ਗਿਣਤੀ ਚੱਲਦੀ ਹੈ, 6, 7, 8, 9, 10, 11, 12 ਹੈ ਨਾ, ਗਿਣਤੀ ਕਿੰਨੀ ਹੁੰਦੀ ਹੈ, 12 ਤੱਕ। ਬਟ ਇੱਥੇ ਟਾਈਮ ਕਿੰਨਾ ਆ ਗਿਆ ਵਾ, 21:20। ਤਾਂ ਆਪਾਂ ਇਹਨੂੰ ਕੀ 'ਚ ਲੈਣਾ ਵਾ, 12 ਦੀ ਫਾਰਮ 'ਚ ਲੈਣਾ। ਤਾਂ ਆਪਾਂ ਜਦੋਂ ਗਿਣਤੀ ਐਵੇਂ ਵੱਡੀ ਆ ਜਾਵੇ, ਜਦੋਂ ਆਂਸਰ ਐਵੇਂ ਵੱਡਾ ਆ ਜਾਵੇ, ਤੁਸੀਂ ਸਟੈਪ 2 ਵੀ ਕਰਨਾ ਹੁੰਦਾ। ਸਟੈਪ 2 ਕੀ ਹੁੰਦਾ ਵਾ, ਸਟੈਪ 2 ਹੁੰਦਾ ਵਾ ਕਿ ਇਹਦੇ 'ਚੋਂ 12 ਘਟਾ ਦਿਉ, 12:00 ਘਟਾ ਦਿਉ, ਤਾਂ ਕਿੰਨਾ ਆ ਜਾਊਗਾ, 20:00 ਗਏ 20, ਅਤੇ 21:00 12 ਗਏ 9, ਤਾਂ ਆਂਸਰ ਆ ਗਿਆ 9:20। ਠੀਕ ਹੈ, ਆਪਾਂ 2 ਕੁਐਸਚਨ ਕੀਤੇ ਆ। ਤਾਂ ਕੀ ਸੀਗਾ ਕਿ ਜਿਵੇਂ ਆਪਾਂ 23:60 'ਚੋਂ ਮਾਈਨਸ ਕਰਨਾ ਹੁੰਦਾ ਬਸ। ਠੀਕ ਹੈ, ਜਿਵੇਂ ਆਪਾਂ ਨੂੰ ਟਾਈਮ ਦਿੱਤਾ ਸੀਗਾ 12:15, ਆਪਾਂ ਉਹਨੂੰ ਮਾਈਨਸ ਕੀਤਾ, ਆਂਸਰ ਕਿੰਨਾ ਆ ਗਿਆ, 11:45। ਠੀਕ ਹੈ, ਆਹ ਆਪਾਂ ਨੂੰ ਅਸਲੀ ਟਾਈਮ ਸੀ, ਅਤੇ ਆਹ ਟਾਈਮ ਕਿੱਥੇ ਦਿਖਿਆ ਆਪਾਂ ਨੂੰ, ਸ਼ੀਸ਼ੇ 'ਚ। ਠੀਕ ਹੈ, ਹੁਣ ਇੱਧਰ ਦੇਖੋ, ਦੂਸਰਾ ਆਪਾਂ ਨੂੰ ਕੀਤਾ ਸੀਗਾ 23:60 ਦੇ ਵਿੱਚੋਂ ਆਪਾਂ 2:40 ਘਟਾਈ ਸੀ, ਅਤੇ ਆਂਸਰ ਕਿੰਨਾ ਆ ਗਿਆ ਸੀਗਾ, 21:20। ਬਟ ਘੜੀ ਦੇ ਉੱਤੇ ਜਿਹੜੀ ਗਿਣਤੀ ਆ ਉਹ ਕੀ ਹੁੰਦੀ, ਸਿਰਫ 12 ਤੱਕ ਹੀ ਹੁੰਦੀ ਆ, ਵੱਧ ਤੋਂ ਵੱਧ ਗਿਣਤੀ ਕਿੱਥੇ ਹੁੰਦੀ ਆ, 12 ਤੱਕ ਹੀ ਹੁੰਦੀ ਆ। ਠੀਕ ਹੈ, ਐਵੇਂ ਕਰਕੇ ਗਿਣਤੀ ਚੱਲਦੀ ਹੁੰਦੀ, ਵੱਧ ਤੋਂ ਵੱਧ 12 ਤੱਕ ਹੁੰਦੀ ਆ। ਠੀਕ ਹੈ, ਤਾਂ ਆਪਾਂ ਇਹਨੂੰ ਕਿਹੜੀ ਫਾਰਮ 'ਚ ਲੈਣਾ ਵਾ, 12 ਦੀ ਫਾਰਮ 'ਚ ਲੈਣਾ ਵਾ। ਤਾਂ ਇੱਥੇ 2 ਸਟੈਪ ਹੁੰਦੇ ਆ, ਇੱਕ ਤਾਂ ਆ ਸੀਗਾ ਸਟੈਪ 1, ਅਤੇ ਜੇ ਗਿਣਤੀ ਐਵੇਂ ਵੱਡੀ ਆ ਜਾਵੇ ਫਿਰ ਸਟੈਪ 2 ਵੀ ਬਣੂਗਾ। ਕੀ ਕਰਨਾ, ਇਹਦੇ ਵਿੱਚੋਂ 12 ਘਟਾ ਦੇਣੇ ਆ। ਤਾਂ 20 ਦੇ ਵਿੱਚੋਂ 0 ਗਈ 0, ਅਤੇ 21 ਦੇ ਵਿੱਚੋਂ 12 ਗਏ 9। ਠੀਕ ਹੈ, 9:20 ਆਂਸਰ। ਤਾਂ ਆਹ 2 ਤਰੀਕੇ ਆ। ਠੀਕ, ਇਹ ਸੀਗਾ ਆਪਣਾ ਮਿਰਰ ਇਮੇਜ ਵਾਲਾ, ਜਦੋਂ ਸਾਹਮਣੇ ਐਵੇਂ ਸ਼ੀਸ਼ਾ ਪਿਆ ਹੋਵੇ। ਹੁਣ ਆ ਵਾ ਵਾਟਰ ਇਮੇਜ, ਕਿ ਰੀਅਲ ਦੇ ਵਿੱਚ ਘੜੀ ਐਵੇਂ ਪਈ ਆ, ਅਤੇ ਪਾਣੀ ਦੇ ਵਿੱਚ ਐਵੇਂ ਹੇਠਾਂ ਦਿਖੂਗੀ, ਹੈ ਨਾ, ਜਿਹੜੀਆਂ ਉੱਪਰ ਨੂੰ ਸੂਈਆਂ ਉਹ ਕਿੱਧਰ ਨੂੰ ਦਿਸਣਗੀਆਂ,
नीचे नूं, तुहानूं दिख ही रहा होणा कि जिहड़ी आह उपर नूं सूई आ इह किधर नूं दिख रही आ, नीचे नूं, ठीक है। आह जिहड़ी सूई इधर नूं आ उह इत्थे दिख रही है। तां इस च आपां देखणा वा कि असली समां किन्ना होऊगा ते आपां नूं भुलेखा किन्ने दा पऊगा, पाणी दे विच किन्ने दा प्रतिबिंब बणूगा, किन्ने दी इमेज बणूगी वाटर दे विच, इह क्वेश्चन आपां नूं पुछणगे, ठीक है। तो इहदे च पहला क्वेश्चन आ कि 2:20 होए आ, ठीक है, 2:20 होए आ ते दसो पानी दे विच किन्नी इमेज बनूगी। तो इहदे च फार्मूला की आ, इहदे च आपां माइनस करना हुंदा 18 घंटे 30 मिनट चों, ठीक है। इहदी ट्रिक इह आ, इहदी ट्रिक आ। तो आपां की करना 18 घंटे 30 मिनट दे विचों 2:20 घटा दे, तो किन्ना आ गया 10, ते इह किन्ना आ गया 16, ठीक है। तो फिर आंसर कितों आ गया वा 12 तो वड्डा, तो 12 तो वड्डा आंसर तो आपां नूं चाहीदा नहीं हुंदा, ठीक है। आंसर की आ गया 12 तो वड्डा, तो 12 तो वड्डा आपां नूं चाहीदा नहीं हुंदा गा। तो 16 घंटे 10 मिनट दे विचों फिर की आ, फिर 12 घटा दो, तो किन्ना आ गया 4 घंटे 10 मिनट। तो देखो आपां इहदे च की कीता सी, पहला स्टैप हुंदा गा कि 18 घंटे 30 मिनट चों उहनूं माइनस कर देना, इह सीगा आपणा स्टैप 1। ते जे आंसर 12 तो वड्डा आ जावे इवें करके, जिवें 16 घंटे 10 मिनट आया सी, तां आपां की करना स्टैप 2 करना कि विचों 12 माइनस कर देना। क्यों माइनस किया है? क्योंकि घड़ी उत्ते जिहड़ा समा हुंदा वा उह 12 तो वध नहीं जा सकता, तां करके आपां विचों 12 माइनस किया, तो आपां इह स्टैप 2 भी किया, ठीक है। हुण अगे आपां इक होर एग्जाम्पल कर लैंदे हां, जिवें कि मान लो दिता होवे टाइम 12:45 आ, ठीक है, तो आपां इहनूं हुण माइनस कर, तो आप देखते हैं कि चो माइनस कर देने आप, 18:30 चो आप 12:45 माइनस करना, ठीक है। बट हम इतने देखो 45 के 30 माइनस करना तो औखा वा, तो आप करेंगे ध्यान नाल देखो, तो की करेंगे आप एक हासिल ले लेंगे। तो देखो आ की आ घंटिया, आ घंटिया 18 घंटे आ की 30 मिनट, ठीक है। तो जो आप एक हासिल लिया, एक कैरी लिया, जिमें आप कैरी लेंदे होंगे सके माइनस कर लेंगे, तो इतने किन्ने रह गए 17 घंटे, एक घंटा किधर आ गया, इधर आ गया एक घंटा जाने कि 60 मिनट इधर आ गए, इतने किन्ने मिनट बन गए फिर 60 मिनट के 30 मिनट किन्ने बन गए, इतने 17 घंटे के 60 ते 30 मिनट मिला के, 60 आ वाले तो 30 आ वाले मिला के किन्ने मिनट बन गए, 90 मिनट बन गए, ठीक है। ये आप 12:45 माइनस करेंगे, इवें माइनस करेंगे आप, हम 90 चो 45 गए 45, तो 17 चो 12 गए 5, तो 5:45 इतने की होगा आंसर होगा। एक होर एग्जाम्पल कर लें आप कि जिमें टाइम हो 4:40, ठीक है, 4:40 हो, आप 18 घंटे 30 मिनट के 4:40 माइनस करना, ठीक है। बट 30 के 40 तो माइनस हो नहीं सकते गे, तो फिर आप करा एक कैरी लवेंगे, इतने की बच गए 17 घंटे, तो एक घंटा जाने कि 60 मिनट इधर चले गए, तो इतने की आजगा 17 घंटे, तो आ 60 मिनट तो 30 मिनट मिला के किन्ने मिनट हो गए, 90 मिनट हो गए, ये आप माइनस कर देंगे 4:40, तो 90 चो 40 गए 50, तो 17 चो 4 गए तो 13 घंटे, ठीक है। ये अपना हो गया स्टैप 1। हम देखो आंसर फिर 12 तो वड्डा आ गया वा, तो स्टैप 2 की हुंदा वा कि विचों 12 घटा दो, तो आंसर किन्ना आ गया 1 घंटा 50 मिनट आंसर आ गया। जो भी आंसर 12 तो वड्डा हुंदा वा आपां उहदे विचों 12 घटा देना हुंदा, तो किन्ना आ गया 1 घंटा 50 मिनट आंसर आ गया, ठीक है। इत्थे आपां मिरर इमेज भी कर लिया, वाटर इमेज भी कर लिया, तो सिंपली एंगल कढ़ने भी सीख लिया। हुण आपां नैक्सट टाइप ते मूव करदे हां, की कहिंदे पए आ कि जिहड़ी घड़ी आ है ना उहदे च मिंटां वाली सूई घंटियां वाली सूई नूं 65 मिनटां दे विच पार करदी है। देखो ऐ हुंदा ना, दो सूईयां हुंदियां वा, आ घंटियां वाली सूई है मान लो एक जगह ते, मिंटां वाली सूई एवें घुम के आ रही है, ठीक है, ते किन्ने मिंटां बाद घुम के आउंदियां हुंदियां, 55 मिनटां बाद। बट इत्थे कह रहे किन्ने मिंटां बाद आ रही है, 65 मिनटां बाद घुम के आ रही है, यानी कि सूई की आ तेज़ जां हौली चल रही है, यानी कि घड़ी आपकी सही स्पीड से नहीं चल रही। तो की पुछ रहे 24 घंटे बाद उहनूं किन्ने टाइम का फर्क पै जूगा, ठीक है, ये पुछ रहे कि घड़ी किन्नी अगे पिछे हो जूगी 24 घंटिया बाद। मैं दोबारा दसदी हाँ कि देखो दो सूईयां होंदियां वा घड़ी दे, एक मिंटां वाली एक घंटियां वाली,
देखो की हुंदा वा, मान लो सुई हैगी 3 ते, राइट, ते आ जिहड़ी मिंटां वाली सुई आ ये की एवें घूम के आऊगी दोबारा वापस, उदों की हो जाऊगा 1 घंटा हो जाऊगा, ते फिर जिहड़ी सुई है घूम के 3 तों कित्थे पहुँच जाऊगी 4 ते, फिर मिंटां वाली सुई 1 गेड़ा कढ़ूगी तां सुई की 4 तों कित्थे पहुँच जाऊगी 5 ते, है ना। जिवें जिवें 60 मिंट होई जाणगे उवें उवें की आ घंटिआं वाली सुई ने अगे वधी जाणा। ठीक है, एक काम की हुंदा वा कि मिंटां वाली सुई 60 मिंटां चक्कर चक्कर पूरा करती हुंदी है, उस हिसाब नाल घंटिआं वाली सुई की अगे अगे जाती रही हुंदी है। बट ये कहिंदे कि उही काम हुण 65 मिंटां च हो रहा, जिहड़ा काम 60 मिंटां च हुंदा सी उही काम हुण की आ 65 मिंटां च हो रहा। तो दसो घड़ी किन्नी कु तेज़ जां हौली चल रही है। ठीक है, ये चीज़ आपां पता करनी है। तो इहनूं पता करन दा कि सिंपल फॉर्मूला ही आ, फॉर्मूला मैं इत्थे लिख दिंदी हाँ, आ फॉर्मूला वा की फॉर्मूला मैं एक बार समझा देनी फिर तो, कि 65/11 लिखना माइनस समा, किन्ना समा वा इतने अपने को मिनटा च जो समा दिता होगा वो आप इतने लिखना 65 मिनट, नीचे भी आपका समा लिखना जो मिनटा च दिता होगा यानी कि 65 मिनट, तो गुणा टोटल टाइम कि टाइम घंटिया वाला, घंटिया च कितना टाइम दिता हो 24 घंटे। कह रहे कि घड़ी च घड़ी की आ 24 घंटे बाद कि अगे जा पिछे हो जाऊगी, कि स्लो जा फास्ट हो जाऊगी। ये कह रहे हैं एक घड़ी की मिनटा वाली सुई घंटिया वाली सुई में 65 मिनटा च पार कर दी है, 24 घंटे बाद घड़ी कितनी तेज या हौली हो जाएगी। देखो आप सॉल्व करना शुरू करते हैं, तो 65/11 तो टाइम कड़ा लिखना मिनटा च, मिनटा च टाइम कितना वा 65 मिनट, वो आप इतने लिख दें, नीचे भी टाइम कड़ा लिखना वा मिनटा वाला, इतने भी आप लिख देने 65 गुणा टोटल टाइम कि घंटिया वाला, किन्ने घंटे है 24 घंटे। ठीक है, हम आप इन सॉल्व करते हैं, देखो आईने के देखिए तो 65 65 तो 65 कॉमन सी, इनू कॉमन कट के कट देंगे। ठीक है, 65 कॉमन कटिया उपरों उत्ते रह गया 5/11 माइनस 1, नीचे भी 65 गुणा 24। ठीक है, फिर क्या किया 65 नाल 65 कटिया गया। ठीक है, तो यह कि आ गया 5 माइनस 11 गुणा 24। तो एक क्वेश्चन आप देखते हैं, ये कह रहे हैं कि एक घड़ी की मिनटा वाली सुई घंटिया वाली सुई में 65 मिनटा च पार कर दी है, तो दसो 24 घंटे बाद घड़ी कितनी हौली जां तेज हो जाएगी, ये अपना क्वेश्चन है। ठीक है, तो देखो आम की हुंदा वा कि घड़ी दी दो सुइयां हुंदियां वा, जिहड़ी मिनटा वाली सुई हुंदी आ, ठीक है, ये हर 60 मिनट बाद एक चक्कर पूरा करती है, तो उस हिसाब नाल घंटिया वाली सुई अगे वधी जाती, जिवें मान लो पहला घंटिया वाली सुई 3 ते सी, 60 मिंटा बाद कितने जा बड़ूगी 4 ते, अगले 60 मिंटा बाद कितने जा बड़ूगी 5 ते, अगले 60 मिंटा बाद कितने जा बड़ूगी 6 ते, ये हुंदा हुंदा वा। बट हुण ये प्रोसैस किन्ने 60 मिंटां दे बजाय प्रोसैस किन्ने च हो रहा 65 मिंटां च, तां ये पुछ रहे आ कि जिहड़ी घड़ी आ वो 24 घंटे बाद किन्नी कु तेज़ जां हौली हो जाऊगी, ये पुछा वा। ते आपां इहनूं सिंपल एक फॉर्मूले नाल करना, फॉर्मूला मैं इत्थे लिख दिंदी हां। ठीक है, तो फॉर्मूला की है 65/11 माइनस टाइम कादे च इन मिनट्स, मिनटां दे विच टाइम लिखना, बटा टाइम इन मिनट्स गुणा टोटल टाइम, टोटल टाइम कड़ा घंटे च। ठीक है, ये अपना फार्मूला वा, इन्होंने मैं वर्त के लिखनी है, तो कि लिखागे 65/11 माइनस टाइम की च लिखना मिनटां च, तो मिनटां च कितना टाइम है 65 मिनट, बटे च भी की लिखना टाइम है मिनटां च, तो वह भी कितना वा 65 मिनट, गुणा के लिखना टोटल टाइम घंटे च, टोटल टाइम घंटे च कितना दिता हुआ वा 24 घंटे, ये आप लिख लिया। हम आप इस कैलकुलेशन को खोलते हैं, तो देखो की आऊगा 65/11 माइनस 65। ठीक है, कैलकुलेशन खोली है 65 गुणा 24। ठीक है, सारे ब्रैकेट च कर लेंगे आप, तो देखो की हुंदा वा
ਕਿ ਜਿਹੜਾ ਕੈਲਕੂਲੇਸ਼ਨ ਇਜ਼ੀ ਕਰਨ ਦਾ ਇਹ ਤਰੀਕਾ ਹੀ ਹੁੰਦਾ ਵਾ ਕਿ ਇੱਥੇ ਆਪਾਂ ਪਲੱਸ ਦਾ ਸਾਈਨ ਮੰਨ ਸਕਦੇ ਹਾਂ, ਠੀਕ ਹੈ, ਕੈਲਕੂਲੇਸ਼ਨ ਕਰਨ ਦਾ ਇੱਕ ਤਰੀਕਾ ਹੁੰਦਾ, ਤਾਂ ਹੀ ਆਪਾਂ ਇੱਥੇ ਪਲੱਸ ਪਾ ਲਿਆ। ਹੁਣ ਪਲੱਸ ਦਾ 65 ਅਤੇ ਮਾਈਨਸ ਦਾ 65 ਆਪਸ 'ਚ ਕੱਟੇ ਗਏ ਤਾਂ ਕਿੰਨਾ ਆ ਗਿਆ, 5 ਬਟਾ 11 ਗੁਣਾ 65 ਗੁਣਾ 24। ਹੁਣ 24 ਨੂੰ 5 ਨਾਲ ਗੁਣਾ ਕਰਾਂਗੇ, ਠੀਕ ਹੈ, ਜਾਂ ਫਿਰ ਇੰਝ ਕਰ ਦਿੰਦੇ ਹਾਂ 5 ਨੂੰ ਇੱਧਰ ਕੱਢ ਦਿੰਦੇ, 13 5 65, ਠੀਕ ਹੈ, 24 ਉੱਪਰ ਉਵੇਂ ਨੀਚੇ ਕੀ 13 ਗੁਣਾ 11, ਇਹ ਕਿੰਨਾ ਆ ਗਿਆ 143, ਠੀਕ ਹੈ, 143 ਘੰਟੇ। ਤਾਂ ਇੰਨੇ ਘੰਟੇ ਉਹ, ਇੰਨੇ ਘੰਟੇ ਉਹ ਫਾਸਟ ਹੋਊਗੀ, ਇੰਨੇ ਘੰਟੇ ਘੜੀ ਫਾਸਟ ਹੋਊਗੀ। ਆਪਾਂ ਨੂੰ ਕਿਉਂ ਪਤਾ ਲੱਗਾ ਫਾਸਟ ਆ ਕਿ ਸਲੋ ਆ, ਉਹਨਾਂ ਨੂੰ ਪੁੱਛਿਆ ਸੀ ਫਾਸਟ ਹੋਊਗੀ ਕਿ ਸਲੋ ਹੋਊਗੀ, ਆਂਸਰ ਦੇ ਅੱਗੇ ਦੇਖੋ, ਆਂਸਰ ਦੇ ਅੱਗੇ ਕੋਈ ਸਾਈਨ ਨਹੀਂ ਗਾ, ਇਸ ਆਂਸਰ ਦੇ ਅੱਗੇ ਕੋਈ ਸਾਈਨ ਨਹੀਂ ਗਾ, ਇਹਦਾ ਮਤਲਬ ਇੱਥੇ ਕਿਹੜਾ ਸਾਈਨ ਆ, ਪਲੱਸ ਦਾ, ਜਿਹਦੇ ਅੱਗੇ ਪਲੱਸ ਦਾ ਸਾਈਨ ਉਹ ਕੀ ਹੁੰਦੀ ਹੁੰਦੀ ਆ ਫਾਸਟ। ਮੰਨ ਲਓ ਜਿੱਥੇ ਮਾਈਨਸ ਦਾ ਸਾਈਨ ਆ ਜਾਂਦਾ, ਫਿਰ ਘੜੀ ਕੀ ਹੋਣੀ ਸੀ ਸਲੋ, ਤਾਂ ਆਪਣਾ ਆਂਸਰ ਕੀ, ਘੜੀ ਫਾਸਟ ਹੋ ਗਈ, ਕਿੰਨੇ ਇੰਨੇ ਘੰਟੇ ਫਾਸਟ ਹੋ ਗਈ, ਠੀਕ ਹੈ, ਇਹ ਆਪਣਾ ਆਂਸਰ ਆ। ਹੁਣ ਆਪਾਂ ਨੈਕਸਟ ਕੁਸ਼ਚਨ ਕਰਦੇ ਹਾਂ। ਪੁੱਛਿਆ ਵਾ ਕਿ ਉਹੀ ਘੜੀ ਦੀ ਸੂਈ ਆ ਉਹ ਕਿੰਨੇ ਮਿੰਟਾਂ 'ਚ ਪਾਰ ਕਰਦੀ ਪਈ ਆ, 60 ਮਿੰਟਾਂ 'ਚ, ਦੱਸੋ 22 ਘੰਟਿਆਂ ਬਾਅਦ ਕਿੰਨੀ ਫਾਸਟ ਜਾਂ ਸਲੋ ਹੋ ਜੂਗੀ। ਤਾਂ ਮੈਂ ਫਾਰਮੂਲਾ ਫੇਰ ਲਿਖ ਦਿੰਦੀ, ਕੀ ਫਾਰਮੂਲਾ ਵਾ, 65 / 5/11 ਮਾਈਨਸ ਟਾਈਮ, ਟਾਈਮ ਕਾਹਦੇ 'ਚ, ਮਿੰਟਾਂ 'ਚ, ਬਟੇ 'ਚ ਵੀ ਟਾਈਮ ਮਿੰਟਾਂ 'ਚ, ਗੁਣਾ ਟੋਟਲ ਟਾਈਮ ਕਾਹ 'ਚ, ਘੰਟਿਆਂ 'ਚ। ਦੁਬਾਰਾ ਉਹੀ ਫਾਰਮੂਲਾ ਲਿਖਿਆ, ਇਹ 'ਚ ਵੀ ਉਹੀ ਫਾਰਮੂਲਾ ਲੱਗਣਾ, ਤਾਂ ਕੀ ਹੋਊਗਾ, 65 / 5/11 ਮਾਈਨਸ ਟਾਈਮ ਮਿੰਟਾਂ 'ਚ, ਮਿੰਟਾਂ 'ਚ ਕਿੰਨਾ ਟਾਈਮ ਆ 60 ਮਿੰਟ, ਬਟੇ 'ਚ ਵੀ ਟਾਈਮ ਕੀ 'ਚ ਲਿਖਣਾ, ਮਿੰਟਾਂ 'ਚ, ਯਾਨੀ ਕਿ 60 ਮਿੰਟ। ਟੋਟਲ ਟਾਈਮ ਘੰਟਿਆਂ 'ਚ ਕਿੰਨੇ ਘੰਟੇ ਆ, 22 ਘੰਟੇ, ਠੀਕ ਹੈ। ਇਹਦੀ ਆਪਾਂ ਕੈਲਕੂਲੇਸ਼ਨ ਨੂੰ ਸੋਲਵ ਕਰਨਾ ਵਾ, ਅਤੇ ਇਹਨੂੰ ਸੋਲਵ ਕਰਕੇ ਕੀ ਆਜੂਗਾ, ਦੇਖੋ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਆਪਾਂ ਇੱਥੇ ਪਲੱਸ ਦਾ ਸਾਈਨ ਮੰਨਣਾ ਹੁੰਦਾ ਜਿੱਤੇ, ਠੀਕ ਹੈ। ਤਾਂ ਮੈਨੂੰ ਲਿਖਦੀ ਹਾਂ 65 / 5/11 ਮਾਈਨਸ 60 / 60 × 22। ਇੱਥੇ ਪਲੱਸ ਦਾ ਸਾਈਨ ਕਿਉਂ ਮੰਨਿਆ ਵਾ, ਇਹ ਤੁਹਾਨੂੰ ਸਿੰਪਲੀਫਿਕੇਸ਼ਨ ਦੇ ਚੈਪਟਰ 'ਚ ਕਰਾ ਦੂੰਗੀ ਕਿ ਕਿਵੇਂ ਸੋਲਵ ਕਰੀਦੇ ਆ, ਠੀਕ ਹੈ। ਇੱਥੇ ਮੈਂ ਕੈਲਕੂਲੇਸ਼ਨ ਸਿਖਾ ਰਹੀ, ਇੱਥੇ ਮੈਂ ਟੋਪਿਕ ਸਿਖਾ ਰਹੀ ਹਾਂ। ਤਾਂ ਪੈਂਟਾਂ ਦੇ ਵਿੱਚੋਂ 60 ਗਏ 5 / 5/11 / 60 × 22, ਠੀਕ ਹੈ। ਇਹਨੂੰ ਥੋੜ੍ਹਾ ਜਿਹਾ ਸੋਲਵ ਕੀਤਾ ਤਾਂ ਦੇਖੋ 11 ਨੂੰ 5 ਨਾਲ ਗੁਣਾ ਕੀਤਾ 55, 55 / 5 ਯਾਨੀ ਕਿ 60, 60 / 11 / 22, ਅਤੇ ਬਟੇ 'ਚ ਵੀ ਆ ਕੀ ਆ 60, ਠੀਕ ਹੈ। 60 ਨਾਲ 60 ਕੈਂਸਲ, ਤਾਂ ਕਿੰਨਾ ਬਚਿਆ 22 / 11, 22 ਨੂੰ 11 ਡਿਵਾਈਡ ਕੀਤਾ, 2 ਘੰਟੇ ਆਂਸਰ, ਠੀਕ ਹੈ। 2 ਘੰਟੇ ਕੀ ਆ ਗਿਆ ਆਂਸਰ, 2 ਆਵਰਸ। ਇਹਦੇ ਅੱਗੇ ਫਿਰ ਕਿਹੜਾ ਸਾਈਨ ਆ, ਕੋਈ ਨਹੀਂ, ਮਤਲਬ ਪਲੱਸ ਦਾ ਸਾਈਨ ਆ ਯਾਨੀ ਕਿ ਘੜੀ ਕੀ ਹੋਈ ਹੋਊਗੀ, ਫਿਰ ਫਾਸਟ ਹੋਈ ਹੋਊਗੀ, ਠੀਕ ਹੈ। ਜੇ ਇੱਥੇ ਮਾਈਨਸ ਦਾ ਸਾਈਨ ਹੁੰਦਾ ਫਿਰ ਘੜੀ ਕੀ ਹੋਣੀ ਸੀ ਸਲੋ, ਬਟ ਇੱਥੇ ਮਾਈਨਸ ਸਾਈਨ ਨਹੀਂ ਗਾ, ਮਤਲਬ ਘੜੀ ਕੀ 2 ਘੰਟੇ ਫਾਸਟ ਹੋ ਜੂਗੀ 22 ਘੰਟਿਆਂ ਬਾਅਦ, ਠੀਕ ਹੈ। ਜੇ ਆਈ ਚੱਲੀ ਗਈ ਨਹੀਂ ਸਪੀਡ 'ਤੇ, ਤਾਂ 22 ਘੰਟਿਆਂ ਬਾਅਦ ਘੜੀ ਨੇ ਕਿ 2 ਘੰਟੇ ਅੱਗੇ ਹੋ ਜਾਣਾ, ਯਾਨੀ ਕਿ ਜੇ ਘੜੀ ਨੇ ਸਮਾਂ 8 ਵਜੇ ਦਿਖਾਉਣਾ ਹੁੰਦਾ, ਘੜੀ ਨੇ ਸਮਾਂ ਕੀ ਦਿਖਾਉਣਾ, 10 ਵਜੇ ਦਾ। ਜੇ ਘੜੀ 12 ਵਜੇ 'ਤੇ, ਤਾਂ ਉਹ ਕਿੰਨਾ ਦਿਖਾਊਗੀ, 2 ਵਜੇ ਦਾ, ਠੀਕ ਹੈ। ਘੜੀ 2 ਘੰਟੇ ਅੱਗੇ ਹੋ ਜੂਗੀ, ਇਹ ਵਾਲਾ ਸੀ। ਇਹ 'ਚ ਆਪਾਂ ਫਾਲਟੀ ਕਲੋਕ ਕਰਦੇ ਪਏ ਹਾਂ ਕਿ ਗਲਤ ਕਲੋਕ ਦੇ ਉੱਪਰ ਕਿੰਨਾ ਸਮਾਂ ਹੋਊਗਾ, ਠੀਕ ਹੈ। ਹੁਣ ਇਹਦੇ 'ਚ ਇੱਕ ਟਾਈਪ ਹੋਰ ਰਹਿ ਗਈ, ਉਹ ਲਾਸਟ ਟਾਈਪ ਆ। ਦੇਖੋ ਜਿਵੇਂ ਇਹਦੀ ਵੀ ਇੱਕ ਟ੍ਰਿਕ ਆ, ਕਹਿੰਦੇ ਕਿ ਐਤਵਾਰ ਸਵੇਰੇ 8 ਵਜੇ ਘੜੀ ਪਹਿਲਾਂ 5 ਮਿੰਟ ਪਿੱਛੇ ਸੀ, ਠੀਕ ਹੈ। ਅਤੇ ਐਤਵਾਰ ਤੋਂ ਬਾਅਦ ਸੋਮਵਾਰ ਆਇਆ, ਫਿਰ ਸੋਮਵਾਰ ਤੋਂ ਬਾਅਦ ਮੰਗਲਵਾਰ ਆਇਆ, ਹੈ ਨਾ, ਯਾਨੀ ਕਿ ਟਿਊਜ਼ਡੇ ਤੱਕ ਘੜੀ ਕੀ ਆ 7 ਮਿੰਟ ਅੱਗੇ ਹੋ ਗਈ, ਠੀਕ ਹੈ। ਪਹਿਲਾਂ ਘੜੀ ਸਲੋ ਸੀ, ਹੌਲੀ ਹੌਲੀ ਘੜੀ ਤੇਜ਼ ਹੁੰਦੀ ਗਈ ਅਤੇ ਆਪਦੇ ਅਸਲੀ ਸਮੇਂ ਤੋਂ 7 ਮਿੰਟ ਅੱਗੇ ਲੰਘ ਗਈ। ਅਤੇ ਕਹਿੰਦੇ ਦੱਸੋ ਘੜੀ ਨੇ ਸਹੀ ਟਾਈਮ ਕਦੋਂ ਦਿਖਾਇਆ ਹੋਊਗਾ, ਕਿਉਂਕਿ ਹੁਣ ਤਾਂ ਘੜੀ ਗਲਤ ਆ, ਪਹਿਲਾਂ ਘੜੀ ਪਿੱਛੇ ਸੀ, ਹੁਣ ਘੜੀ ਅੱਗੇ ਆ, ਅਤੇ ਫਿਰ ਘੜੀ ਸਹੀ ਕਦੋਂ ਸੀ, ਉਹਨੇ ਸਹੀ ਸਮਾਂ ਕਦੋਂ ਦਿਖਾਇਆ ਸੀ, ਠੀਕ ਹੈ। ਤਾਂ ਇਹਦਾ ਇੱਕ ਟ੍ਰਿਕ ਹੁੰਦੀ ਹੈ, ਟ੍ਰਿਕ ਆਪਾਂ ਲਿਖ ਲੈਂਦੇ ਹਾਂ, ਠੀਕ ਹੈ। ਤਾਂ ਉੱਪਰ ਲਿਖਣਾ ਸਲੋ ਜਾਂ ਫਾਸਟ 'ਚੋਂ ਜੋ ਵੀ ਪਹਿਲਾਂ ਹੋਇਆ, ਜੋ ਵੀ ਦੋਵਾਂ ਦੇ ਵਿੱਚੋਂ ਪਹਿਲਾਂ ਹੋਇਆ ਉਹ ਚੀਜ਼ ਲਿਖਣੀ, ਦੋਵਾਂ 'ਚੋਂ ਕੋਈ ਇੱਕ ਚੀਜ਼, ਸਲੋ ਜਾਂ ਫਾਸਟ 'ਚੋਂ। ਅਤੇ ਨੀਚੇ ਕੀ ਕਰਨਾ, ਅਤੇ ਸਲੋ ਅਤੇ ਫਾਸਟ ਵਾਲੀ ਵੈਲਿਊ ਦਾ ਜੋੜ ਕਰ ਦੇਣਾ, ਠੀਕ ਹੈ। ਅਤੇ ਗੁਣਾ 'ਚ ਕੀ ਕਰਨਾ ਵਾ, ਟੋਟਲ ਟਾਈਮ, ਟੋਟਲ ਟਾਈਮ ਘੰਟਿਆਂ ਦੇ ਵਿੱਚ, ਰਾਈਟ, ਟੋਟਲ ਟਾਈਮ ਘੰਟਿਆਂ ਦੇ ਵਿੱਚ। ਆ ਇਹਦਾ ਫਾਰਮੂਲਾ ਵਾ, ਜਾਂ ਕਹਿ ਲਓ ਇਹਦੀ ਟ੍ਰਿਕ ਆ। ਅਤੇ ਹੁਣ ਦੇਖੋ ਸਲੋ ਜਾਂ ਫਾਸਟ ਆਪਾਂ ਜਿਹੜੀ ਚੀਜ਼ ਪਹਿਲਾਂ ਹੋਈ ਉਹ ਲਿਖਣੀ ਆ। ਤਾਂ ਪਹਿਲਾਂ ਘੜੀ ਕੀ ਸੀਗੀ, 5 ਮਿੰਟ ਪਿੱਛੇ ਸੀ, ਐਤਵਾਰ ਨੂੰ ਘੜੀ ਕੀ ਸੀ, 5 ਮਿੰਟ ਪਿੱਛੇ ਸੀ। ਤਾਂ ਆਪਾਂ ਸਲੋ ਜਾਂ ਫਾਸਟ 'ਚੋਂ ਜੋ ਵੀ ਪਹਿਲਾਂ ਹੋਇਆ ਲਿਖਣਾ, ਤਾਂ ਪਹਿਲਾਂ ਕੀ ਹੋਇਆ ਵਾ, 5 ਮਿੰਟ ਪਿੱਛੇ ਸੀ, ਆਪਾਂ ਇਹ ਵੈਲਿਊ ਲਿਖਤੀ। ਨੀਚੇ ਕੀ ਕਰਨਾ, ਸਲੋ ਦੇ ਫਾਸਟ ਦਾ ਜੋੜ, ਤਾਂ ਪਹਿਲਾਂ ਕੀ ਸੀ, 5 ਮਿੰਟ ਪਿੱਛੇ ਸੀ, ਅਤੇ ਮੰਗਲਵਾਰ ਨੂੰ ਕੀ ਹੋਊਗੀ, 7 ਮਿੰਟ ਅੱਗੇ ਹੋਊਗੀ। ਤਾਂ ਨੀਚੇ ਕੀ ਕਰਨਾ, 5 / 7,
गुणा इतने के लिखना टोटल टाइम घंटिया के तो आप देखते हैं टोटल टाइम घंटिया के कि ठीक है वो आप काउंट करके देखते हैं। तो देखो टाइम की सीगा संडे दे 8 बजे से, संडे दे 8 बजे से, तो फिर एंड द टाइम कितना हो गया ट्यूसडे दे 8 बजे किड़े सवेर दे ए एम, संडे नू भी किड़े सी सवेर दे ए एम। फिर देखो दिन की होए होंगे संडे तो बाद क्या आया होगा, बहुत सोच के देखो संडे तो बाद क्या आया होगा मंडे, मंडे तो बाद क्या आया होगा ट्यूसडे, यही होया होगा। तो संडे 8 बजे तो लैके मंडे 8 बजे तक 24 घंटे हो गए, फिर मंडे 8 बजे तो लैके ट्यूसडे के 8 बजे तक किन्ने हो गए फिर 24 घंटे हो गए, तो 24 ते 24 टोटल किन्ने घंटे हो गए 48 घंटे हो गए। तो इतने आप लिखना सगा टोटल टाइम लिखना से घंटे में, इतने आप किन्ने घंटे लिखा 48 घंटे लिखा। हम आप सॉल्व किमें करेंगे 5 इन्हों दोवे जोड़ के ना हो गए 5 7 जोड़ बटे कि आ गया 12 × 48, तो 12 × 48 तो 5 × 20 घंटे आंसर। तो घड़ी कदों सही सी 20 घंटिया बाद घड़ी सही समय पर सी, घड़ी कदों सही समा दिखा रही सी 20 घंटिया बाद। तो देखो आप देखते हैं कदों सही समा दिखा रही सी, यदा स्क्रीनशॉट ले लिया जी ठीक है, इतने मैं सारे फॉर्मूले इकट्ठे करके लिखे से, स्क्रीनशॉट ले लो फिर मैं कंटिन्यू कर दी। तो घड़ी कदों सही सी 20 घंटिया बाद, तो देखो शुरू कदों हुई सी संडे नू सवेरे 8 बजे शुरू हुई सी, तो 20 घंटे बाद राइट टाइम दिखा रही सी, 20 घंटे बाद राइट टाइम दिखा रही, तो आप 20 घंटे बाद काउंट देखी ठीक है। तो देखो सवेर दे 8 बजे संडे दे तो लैके शाम दे 8 बजे तक यानी कि संडे दे कितने घंटे लंघे 12 घंटे लंघे ठीक है। फिर 8 बजे तो लैके रात दे 12 बजे तक है ना, रात दे 12 बजे तक कितने घंटे लंघे 4 घंटे लंघे है ना, कितने घंटे हो गए ये 12 ते 4 16, इहदा मतलब अगे फिर 4 घंटे होर पाइए 4 बजे मंडे नू सवेरे किन्ने ते सी सही समा दिखा रही सी, देखो 20 घंटे कहने से। तो आप संडे सवेर तो लैके संडे सवेर दे 8 बजे दे 20 घंटे जोड़े आप, बस होर कुछ नहीं किया। तो अपने को आ गया मंडे दे सवेर दे 4 बज गए ठीक है 4 AM हो गए, किमें गिने सवेर तो लैके शाम तक 12 घंटे हो गए, 4 घंटे रात के 12 बजे तक हो गए, 4 घंटे अगे मॉर्निंग तक हो गए, तो 12 ते 4 16 ते 4 20 घंटे आप बस मैनुअली कैलकुलेट करके देख ले कि 20 घंटे बाद की टाइम आया होगा मंडे के 4 बजे हो गए जो बिल्कुल सही से। पहले आप देखा कि किन्ने घंटे से घंटे से भी आ देखो कॉर्नर चा 500 कटे से 20 घंटे ठीक है। एक होर एग्जाम्पल ना ही करते हैं आप ठीक है, ध्यान में देखिए देखो की करना सीगा आप फार्मूला की सी फास्ट जां स्लो चो जो भी पहला होया हो लिखना, नीचे स्लो तो फास्ट वाली दोवें वैल्यूज का जोड़ करना तो गुणा टोटल टाइम कादे च घंटिया के ठीक है। हम देखो फास्ट एंड स्लो के पिछों की हुए थे पहला 9 मिनट पिछे से, ऐतवार सवेरे 10 बजे सॉरी ऐतवार शाम 10 बजे 10 PM से 9 मिनट पिछे से, फिर चलती चलती मंगलवार तक घड़ी के 3 मिनट अगे हो गई है ना 10 बजे तक जाती जाती, दसो सही समा कदों दिखाया से। तो स्लो या फास्ट चो पहला की होया वा स्लो हुई सी 9 मिनट, तो पहला मैं उपर की लिखता 9 नीचे की करना 9 ते 3 का जोड़, इन्होंने दोवों का स्लो तो फास्ट वाले का जोड़, तो 9 × 3 गुणा टोटल टाइम घंटे ठीक है। वो आप करते हैं कि नहीं टोटल टाइम देखो संडे नू 10 10 बजे संडे 10 PM है ना, फिर उस की होया होगा मंडे 10 PM, फिर उस तो बाद की होया होगा ट्यूसडे 10 PM। टाइम कितों शुरू होया सी संडे दे 10 PM तो, संडे दे 10 PM नू घड़ी शुरू हुई सी, तो मंडे दे 10 PM ते जाके आप चेक करना, तो संडे तो मंडे तक 24 घंटे मंडे तो